ਅੱਜ ਦੇ ਟਾਈਮ 'ਚ ਤੁਹਾਨੂੰ ਦੱਸਾਂ ਚਾਹੇ ਉਹ ਕੁੜੀ ਆ ਚਾਹੇ ਮੁੰਡਾ ਅਸ ਦੇ ਟਾਈਮ ਦੇ ਵਿੱਚ ਕੋਈ ਵੀ ਬੱਚਾ ਸੇਫ ਨਹੀਂ ਹੈਗਾ ਜਿਹੜਾ ਇਹ ਮੁੱਦਾ ਬਹੁਤ ਸੈਂਸਿਟਿਵ ਆ ਇਹ ਉਹ ਟੌਪਿਕ ਹੈ ਜਿਸ ਦੇ ਉੱਪਰ ਸਾਡੇ ਸਮਾਜ ਦੇ ਵਿੱਚ ਕੋਈ ਖੁੱਲ ਕੇ ਗੱਲ ਕਰਨਾ ਪਸੰਦ ਨਹੀਂ ਕਰਦਾ ਸਾਡੇ ਘਰ ਦੇ ਵਿੱਚ ਸਾਡੇ ਬੱਚਿਆਂ ਦੇ ਨਾਲ ਖਾਸ ਕਰਕੇ ਕੁੜੀਆਂ ਦੇ ਨਾਲ ਇਹ ਚੀਜ਼ਾਂ ਹੁੰਦੀਆਂ ਨੇ ਸ਼ਾਇਰੇ ਚੀਜ਼ਾਂ ਮੈਂ ਖੁਦ ਆਪਣੇ ਸਰੀਰ ਦੇ ਉੱਪਰ ਹੰਡਾਈਆਂ ਹੋਈਆਂ ਨੇ ਜਦੋਂ ਮੈਂ ਛੋਟੀ ਸੀ ਮੇਰੇ ਆਪਣੇਆਂ ਵੱਲੋਂ ਬਹੁਤ ਸਾਰੇ ਕਿਸੇ ਐਵੇਂ ਦੇ ਵੀ ਨੇ ਜਿੱਥੇ ਪਿਓ ਵਲੋਂ ਆਪਣੇ ਕੁੜੀ ਦਾ ਬਲਾਤਕਾਰ ਕੀਤਾ ਗਿਆ। ਹਮਮ ਜਦੋਂ ਇੱਕ ਪਾਰਟੀ ਪਾਵਰਫੁੱਲ ਹੈ ਜੀ ਔਰ ਇੱਕ ਪਾਰਟੀਕੁਲੇ ਸੱਚਾਈ ਆ ਹਮ ਲੇਕਿਨ ਤਵੱਜੋ ਹਮੇਸ਼ਾ ਪੈਸੇ ਨੂੰ ਮਿਲੇਗੀ ਕਿਉਂਕਿ ਸ਼ੋਸ਼ਣ ਕਦੇ ਵੀ ਕਿਸੇ ਨਾਲ ਵੀ ਹੋ ਸਕਦਾ। ਹਮ ਕਿਤੇ ਵੀ ਹੋ ਸਕਦਾ। ਜੀ ਮੇਰੇ ਖਿਆਲ ਦੇ ਨਾਲ ਜਿਹੜੀ ਨੌਲੇਜ ਮਾਪੇ ਦੇ ਸਕਦੇ ਨੇ ਉਹ ਮੋਬਾਈਲ ਫੋਨ ਨਹੀਂ ਦੇ ਸਕਦਾ ਹੈ ਜਿਆਦਾ ਕਹਿੰਦੇ ਕਿਤਾਬਾਂ ਪੜਨ ਨਾਲੋਂ ਲੋਕਾਂ ਦੇ ਚਿਹਰੇ ਪੜ ਲਓ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਹਰਜੋਤ ਕੌਰ ਤੇ ਤੁਸੀਂ ਵੇਖ ਰਹੇ ਹੋ ਨਿਰਪੱਖ ਪੋਸਟ ਨਿਰਪੱਖ ਪੋਸਟ ਖਬਰ ਦੀ ਨਿਰਪੱਖ ਆਵਾਜ਼ ਜੀ ਹਾਂ ਹਰ ਵਾਰੀ ਅਸੀਂ ਨਿਰਪੱਖ ਪੋਸਟ ਤੇ ਅਜਿਹੇ ਮੁੱਦੇ ਲੈ ਕੇ ਆਨੇ ਆ ਜੋ ਸਮਾਜ ਦੇ ਵਿੱਚ ਵਿਚਰਦੇ ਨੇ ਤੇ ਜਿਨ੍ਹਾਂ ਦੇ ਉੱਪਰ ਨਿਰਪੱਖ ਹੋ ਕੇ ਆਵਾਜ਼ ਟਕਣੀ ਬਹੁਤ ਜ਼ਰੂਰੀ ਹੈ ਤੇ ਅੱਜ ਵੀ ਅਸੀਂ ਨਿਰਪੱਖ ਹੋ ਕੇ ਜੋ ਆਵਾਜ਼ ਟਕਣ ਜਾ ਰਹੇ ਹਾਂ ਮੁੱਦਾ ਬਹੁਤ ਹੀ ਜ਼ਿਆਦਾ ਸੈਂਸਿਟਿਵ ਹੈ ਸਾਡੇ ਆਉਣ ਵਾਲੇ ਭਵਿੱਖ ਨਾਲ ਜੁੜਿਆ ਹੋਇਆ ਯਾਨੀ ਕਿ ਸਾਡੇ ਬੱਚਿਆਂ ਨਾਲ ਜੁੜਿਆ ਹੋਇਆ ਹੈ ਅੱਜ ਦਾ ਮੁੱਦਾ ਸਾਡਾ ਜੀ ਚਾਈਲਡ ਸੈਕਸ ਅਬਿਊਜ਼ ਯਾਨੀ ਕਿ ਜੋ ਬੱਚਿਆਂ ਦੇ ਨਾਲ ਸਰੀਰਕ ਸ਼ੋਸ਼ਣ ਹੁੰਦਾ ਹੈ ਫਿਰ ਉਹ ਭਾਵੇਂ ਬਾਹਰ ਕੋਈ ਕਰਿਆ ਹੋਵੇ ਸਰੀਰਕ ਸ਼ੋਸ਼ਣ ਜਾਂ ਫਿਰ ਸਾਡੇ ਪਰਿਵਾਰ ਜਾਂ ਸਾਡੇ ਰਿਸ਼ਤੇਦਾਰਾਂ ਵਿੱਚੋਂ ਹੀ ਕੋਈ ਕਰ ਰਿਹਾ ਹੋਵੇ ਆਖਰੀ ਇਹਨਾਂ ਚੀਜ਼ਾਂ ਵਿੱਚੋਂ ਅਸੀਂ ਆਪਣੇ ਬੱਚਿਆਂ ਨੂੰ ਕਿਵੇਂ ਕੱਢ ਸਕਦੇ ਹਾਂ ਕਿਸ ਤਰੀਕੇ ਨਾਲ ਉਹਨਾਂ ਨੂੰ ਸਮਝਾ ਸਕਦੇ ਹਾਂ ਉਸ ਉੱਪਰ ਹੀ ਅੱਜ ਦੀ ਗੱਲਬਾਤ ਰਹੇਗੀ ਤੇ ਅੱਜ ਦੀ ਗੱਲਬਾਤ ਲਈ ਸਾਡੇ ਨਾਲ ਮੌਜੂਦ ਨੇ ਜੀ ਸਟੂਡੀਓ ਦੇ ਵਿੱਚ ਨਾਮਿਕਾ ਸੰਧੂ ਉਰਫ ਰੁਪਿੰਦਰ ਕੌਰ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਥੋੜਾ ਬਰੀਫ ਕਰ ਦਈਏ ਕਿ ਨਾਮਿਕਾ ਸੰਧੂ ਉਰਫ ਰੁਪਿੰਦਰ ਕੌਰ ਜੋ ਸੋਸ਼ਲ ਵਰਕਰ ਨੇ ਔਰ ਖਾਸ ਤੌਰ ਤੇ ਉਹ ਇੱਕ ਮਿਸ਼ਨ ਲੈ ਕੇ ਅੱਗੇ ਚੱਲ ਰਹੇ ਨੇ 2016 ਤੋਂ ਬੇਟੀ ਬਚਾਓ ਬੇਟੀ ਪੜਾਓ ਅਤੇ ਬੇਟੀ ਨੂੰ ਸਵਸਥ ਬਣਾਓ ਇਹ ਕਿਉਂ ਜ਼ਰੂਰੀ ਹੈ ਪਹਿਲਾਂ ਇਹਨਾਂ ਦੀ ਜ਼ੁਬਾਨ ਹੀ ਸੁਣਦੇ ਆਜੋ ਹਾਂਜੀ ਹਰਜੋਤ ਮੈਂ ਸਭ ਤੋਂ ਪਹਿਲਾਂ ਤਾਂ ਸਾਰਿਆਂ ਦਾ ਸਵਾਗਤ ਕਰਨਾ ਚਾਹੁੰਦੀ ਹਾਂ ਸਾਡੇ ਇਸ ਚੈਨਲ ਦੇ ਵਿੱਚ ਔਰ ਥੋੜਾ ਵੀ ਹਰਜੋਤ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਸਾਨੂੰ ਮੈਨੂੰ ਇੱਥੇ ਮੌਕਾ ਦਿੱਤਾ ਜੀ ਉਸ ਤੋਂ ਬਾਅਦ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਕਿਉਂ ਜ਼ਰੂਰੀ ਆ ਜੀ ਜਿਹੜਾ ਇਹ ਮੁੱਦਾ ਬਹੁਤ ਸੈਂਸਿਟਿਵ ਆ ਇਹ ਉਹ ਟਾਪਿਕ ਹੈ ਜਿਸ ਦੇ ਉੱਪਰ ਸਾਡੇ ਸਮਾਜ ਦੇ ਵਿੱਚ ਕੋਈ ਖੁੱਲ ਕੇ ਗੱਲ ਕਰਨਾ ਪਸੰਦ ਨਹੀਂ ਕਰਦਾ ਹੈਗਾ ਲੇਕਿਨ ਇਸ ਦੇ ਉੱਪਰ ਗੱਲ ਹੋਣੀ ਹਰ ਘਰ ਦੇ ਵਿੱਚ ਬਹੁਤ ਜ਼ਰੂਰੀ ਆ ਸਾਡੇ ਘਰ ਦੇ ਵਿੱਚ ਸਾਡੇ ਬੱਚਿਆਂ ਦੇ ਨਾਲ ਖਾਸ ਕਰਕੇ ਕੁੜੀਆਂ ਦੇ ਨਾਲ ਇਹ ਚੀਜ਼ਾਂ ਹੁੰਦੀਆਂ ਨੇ ਸ਼ਾਇਰੇ ਚੀਜ਼ਾਂ ਮੈਂ ਖੁਦ ਆਪਣੇ ਸਰੀਰ ਦੇ ਉੱਪਰ ਹੰਡਾਈਆਂ ਹੋਈਆਂ ਨੇ ਜਦੋਂ ਮੈਂ ਛੋਟੀ ਸੀ ਮੇਰੇ ਆਪਣੇਆਂ ਵੱਲੋਂ ਤਾਂ ਮੈਨੂੰ ਲੱਗਿਆ ਕਿ ਕਿਉਂ ਨਾ ਹੁਣ ਜਾ ਕੇ ਮੈਨੂੰ ਇਸ ਚੀਜ਼ਾ ਲੱਗਿਆ ਕਿ ਕਿਉਂ ਨਾ ਹੁਣ ਜਾ ਕੇ ਇਸ ਮੁੱਦੇ ਨੂੰ ਚੱਕਣਾ ਚਾਹੀਦਾ ਕਿਉਂਕਿ ਹੁਣ ਅਕਲ ਆ ਚੁੱਕੀ ਆ ਔਰ ਹੁਣ ਮੈਂ ਬੇਬਾਕ ਹੋ ਕੇ ਕੈਮਰੇ ਦੇ ਸਾਹਮਣੇ ਮੈਂ ਬੋਲ ਸਕਦੀ ਆ ਕਿ ਮੈਨੂੰ ਇਹ ਮੁੱਦਾ ਚੱਕਣਾ ਚਾਹੀਦਾ ਔਰ ਮੇਰੇ ਵਰਗੀਆਂ ਕਿੰਨੀਆਂ ਸਾਰੀਆਂ ਕੁੜੀਆਂ ਹੋਣਗੀਆਂ ਜਿਹੜੀਆਂ ਨਹੀਂ ਬੋਲਦੀਆਂ ਹੈਗੀਆਂ ਸਮਾਜ ਦੇ ਡਰ ਤੋਂ ਮਾਪਿਆਂ ਦੇ ਡਰ ਤੋਂ ਉਹ ਚੁੱਪਚਾਪ ਕਰਕੇ ساری ਉਮਰ ਇਹ ਚੀਜ਼ਾਂ ਛੇਲਦੀਆਂ ਰਹਿੰਦੀਆਂ ਨੇ ਸੋ ਇਸ ਕਰਕੇ 2016 ਦੇ ਵਿੱਚ ਮੈਂ ਆਪਣਾ ਇੱਕ ਮਿਸ਼ਨ ਬਣਾਇਆ ਬੇਟੀ ਬਚਾਓ ਬੇਟੀ ਪੜਾਓ ਔਰ بیٹے ਨੂੰ ਸਵਸਥ ਬਣਾਓ ਸੋ ਇਸਤੇ ਨਾਲ ਹੀ ਮੈਂ ਇਸ ਮਿਸ਼ਨ ਨੂੰ ਵਿਦਾਊਟ ਕਿਸੇ ਐਨਜੀਓ ਦਾ ਨਾਮ ਦਿੱਤੇ ਹੋਏ ਕਿਸੇ ਐਨਜੀਓ ਦੇ ਨਾਲ ਜੁੜੇ ਹੋਏ ਮੈਂ ਆਪਣੇ ਇਸ ਮਿਸ਼ਨ ਨੂੰ ਲੈ ਕੇ ਚੱਲੀ ਆ ਬਾਕੀ ਹੁਣ ਜੀ ਜੀ ਬਿਲਕੁਲ ਜਿਵੇਂ ਕਿ ਤੁਸੀਂ ਹੁਣੇ ਗੱਲ ਕੀਤੀ ਅਕਸਰ ਇਹ ਗੱਲ ਜ਼ਰੂਰ ਵਾਕਈ ਇਹ ਸਾਡੇ ਸਮਾਜ ਵਿੱਚ ਹੁੰਦੀ ਹੈ ਕਿ ਅਗਰ ਕਿਸੇ ਬੱਚੇ ਨਾਲ ਸਰੀਰਕ ਸ਼ੋਸ਼ਣ ਹੁੰਦਾ ਵੀ ਹੈ ਤਾਂ ਉਹ ਡਰਦਮਾਰਾ ਪਹਿਲਾਂ ਤਾਂ ਆਪਣੇ ਘਰਦਿਆਂ ਨੂੰ ਨਹੀਂ ਦੱਸਦਾ ਲੇਕਿਨ ਜਦੋਂ ਦੱਸਿਆ ਵੀ ਜਾਂਦਾ ਉਸ ਤੋਂ ਬਾਅਦ ਵੀ ਜੋ ਪੇਰੈਂਟਸ ਨੇ ਉਹਨਾਂ ਨੂੰ ਚੁੱਪ ਹੋਣ ਦੀ ਸਲਾਹ ਦਿੰਦੇ ਨੇ ਕਿ ਤੁਸੀਂ ਚੁੱਪ ਹੋ ਜਾਓ ਖਾਸ ਕਰਕੇ ਕੁੜੀਆਂ ਹੋਣ ਤਾਂ ਕੁੜੀਆਂ ਨੂੰ ਕਿ ਇਹ ਚੀਜ਼ ਬਹੁਤ ਹੈ ਕਿ ਕੁੜੀਆਂ ਦੇ ਲਈ ਪੇਰੈਂਟਸ ਵੀ ਆਵਾਜ਼ ਨਹੀਂ ਚੱਕਦੇ ਤਾਂ ਇੱਥੇ ਕਿੰਨਾ ਕੋ ਜ਼ਰੂਰੀ ਰੋਲ ਹੋ ਜਾਂਦਾ ਹੈ ਕਿ ਕਿਉਂਕਿ ਅਸੀਂ ਕਹੀਏ ਨਾ ਬੱਚਿਆਂ ਨੂੰ ਤਾਂ ਚਲੋ ਇੱਕ ਬਹੁਤ ਜ਼ਰੂਰੀ ਹੈ ਕਿ ਉਹਨਾਂ ਨੂੰ ਅਸੀਂ ਅਵੇਅਰ ਕਰੀਏ ਜਾਣਕਾਰੀ ਦੇਈਏ ਪਰ ਪੇਰੈਂਟਸ ਦੀ ਜਾਗਰੂਕਤਾ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਹਰਜੋਤ ਮੈਂ ਇੱਥੇ ਕਹਿਣਾ ਚਾਹੁੰਦੀ ਆ ਜਿਸ ਵੇਲੇ ਤੁਸੀਂ ਗੱਲ ਕੀਤੀ ਕਿ ਸਾਡੇ ਬੱਚੇ ਨੇ ਉਹ ਪੇਰੈਂਟਸ ਨੂੰ ਨਹੀਂ ਦੱਸਦੇ ਹੈਗੇ ਲੇਕਿਨ ਮੈਂ ਇੱਥੇ ਤੁਹਾਨੂੰ ਥੋੜਾ ਦੱਸਣਾ ਚਾਹੁੰਦੀ ਆ ਕਿ ਬਹੁਤ ਸਾਰੇ ਕਿਸੇ ਐਵੇਂ ਦੇ ਵੀ ਨੇ ਜਿੱਥੇ ਪਿਓ ਵੱਲੋਂ ਆਪਣੀ ਕੁੜੀ ਦਾ ਬਲੈਤਕਾਰ ਕੀਤਾ ਗਿਆ ਹੂੰ ਹੂੰ ਜੇ ਜਦੋਂ ਆ ਮੁੱਦਾ ਜਦੋਂ ਉੱਠਦਾ ਤਾਂ ਉਦੋਂ ਜਿੰਨੇ ਜੰਮੇ ਆ ਬਿਲਕੁਲ ਤੇ ਉਹੀ ਰਕਸ਼ਸ ਬਣ ਗਿਆ ਹੂੰ ਫਿਰ ਉਹ ਕੁੜੀ ਕਿਤੇ ਗੁਲ ਜਾਵੇ ਜੀ ਉਹਨੂੰ ਲੱਗਦਾ ਹੈ ਕਿ ਜੇ ਮੈਂ ਮਾਂ ਨੂੰ ਦੱਸੂਗੀ ਤਾਂ ਮਾਂ ਮੈਨੂੰ ਡਾਂਟੂਗੀ ਹਨਾ ਜਾਂ ਮਾਂ ਨੂੰ ਆ ਘਰ ਛੱਡਣਾ ਪਊਗਾ ਜੀ ਜੀ ਸੋ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਉਹ ساری ਉਮਰ ਉਹ ਇਸ ਮਾਨਸਿਕਤਾ ਦੇ ਨਾਲ ਉਹ ساری ਉਮਰ ਜਿਉਂਦੀ ਰਹਿੰਦੀ ਹੈ ਜੀ ਸੋ ਵੈਸੇ ਮੈਂ ਅੱਜ ਅੱਜ ਦੇ ਟਾਈਮ 'ਚ ਤੁਹਾਨੂੰ ਦੱਸਾਂ ਚਾਹੇ ਉਹ ਕੁੜੀ ਆ ਚਾਹੇ ਮੁੰਡਾ ਅੱਜ ਦੇ ਟਾਈਮ ਦੇ ਵਿੱਚ ਕੋਈ ਵੀ ਬੱਚਾ ਸੇਫ ਨਹੀਂ ਹੈਗਾ ਹੂੰ ਸੋ ਜਿਹੜੀ ਇਹ ਜਾਗਰੂਕਤਾ ਹੈ ਇਹ ਸਾਰਿਆਂ ਨੂੰ ਜ਼ਰੂਰੀ ਆ ਅਵੇਅਰਨੈਸ ਜਿਹੜੀ ਆ ਇਹ ਟੌਪਿਕ ਦੇ ਉੱਪਰ ਜਿਹੜੀ ਹੈਗੀ ਇਹ ਗੱਲ ਕਰਨੀ ਸਾਨੂੰ ਸਾਡੇ ਚਾਹੇ ਬੇਟੀ ਹੈ ਚਾਹੇ ਬੇਟਾ ਸਾਨੂੰ ਦੋਨਾਂ ਨੂੰ ਇਹ ਨੌਲੇਜ ਦੇਣੀ ਚਾਹੀਦੀ ਹੈ ਜੀ ਜਿਵੇਂ ਕਿ ਤੁਸੀਂ ਕਈ ਸੈਮੀਨਾਰਸ ਇਸ ਰਿਗਾਰਡਿੰਗ ਲਗਾਉਂਦੇ ਹੋ ਕਿ ਜ਼ਿਆਦਾ ਤੋਂ ਜ਼ਿਆਦਾ ਸਰੀਰਕ ਸ਼ੋਸ਼ਣ ਤੋਂ ਬੱਚਿਆਂ ਨੂੰ ਅਵੇਅਰ ਕੀਤਾ ਜਾਏ ਕਿਵੇਂ ਬਚਿਆ ਜਾ ਸਕਦਾ ਹੈ ਗੁੱਡ ਟੱਚ ਔਰ ਬੈਡ ਟੱਚ ਬਾਰੇ ਤੁਸੀਂ ਸਮਝਾਉਂਦੇ ਹੋ ਸਾਰਾ ਤੇ ਜਿਵੇਂ ਹੁਣ ਤੁਸੀਂ ਗੱਲ ਵੀ ਕੀਤੀ ਕਿ ਕੁੜੀਆਂ ਹੀ ਨਹੀਂ ਮੁੰਡਿਆਂ ਨਾਲ ਵੀ ਜੋ ਹੈ ਸੈਕਸ ਅਬਿਊਸ ਹੁੰਦਾ ਤਾਂ ਮੈਂ ਤੁਹਾਡੇ ਤੋਂ ਜਾਣਨਾ ਚਾਹੂੰਗੀ ਕਿ ਤੁਹਾਡੇ ਕੋਲ ਕਈ ਤਰ੍ਹਾਂ ਦੇ ਪਹੁੰਚਦੇ ਹੋਣੇ ਕੇਸ ਆਂਦੇ ਹੋਣੇ ਕਿ ਤਾਂ ਕਿੰਨੇ ਕ ਪਰਸੈਂਟ ਰੇਸ਼ਿਓ ਤੁਹਾਨੂੰ ਵਿਖਦੀ ਹੈ ਕਿ ਕੁੜੀਆਂ ਦੇ ਨਾਲ-ਨਾਲ ਹੁਣ ਮੁੰਡਿਆਂ ਨਾਲ ਵੀ ਜੋ ਬੱਚਿਆਂ ਨਾਲ ਬਹੁਤ ਜ਼ਿਆਦਾ ਸਰੀਰਕ ਸ਼ੋਸ਼ਣ ਹੋ ਰਿਹਾ ਹੈ ਜਿਹੜੀ ਅਗਰ ਆਪਾਂ ਰੇਸ਼ਿਓ ਦੀ ਗੱਲ ਕਰੀਏ ਹਰਜੋਤ ਰੇਸ਼ਿਓ ਵਧਦੀ ਜਾ ਰਹੀ ਹੈ ਜੀ 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 ਹੈਨਾ ਅਗਰ ਮੈਂ ਗੱਲ ਕਰਾਂ ਕੁੜੀਆਂ ਦੀ ਤਾਂ ਵੈਸੇ ਤਾਂ ਬਹੁਤ ਘੱਟ ਕੇਸ ਹੁੰਦੇ ਨੇ ਜਿਹੜੇ ਐਵੇਂ ਦੇ ਕੇਸ ਹੈ ਮੇਰੇ ਕੋਲੇ ਆਉਂਦੇ ਨੇ ਹੈਨਾ ਕਿਉਂਕਿ ਜਿਸ ਤਰ੍ਹਾਂ ਆਪਾਂ ਗੱਲ ਕੀਤੀ ਹੈ ਕਿ ਉਹਨਾਂ ਦੇ ਅੰਦਰ ਇੱਕ ਡਰ ਹੁੰਦਾ ਜੀ 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 ਪਹਿਲੀ ਗੱਲ ਤੇ ਇਹ ਹੁੰਦਾ ਕਿ ਉਹ ਸੋਚਦੇ ਨੇ ਕਿ ਦੱਸੀਏ ਕਿੰਨੂੰ ਜੀ ਜੇ ਥੋੜੀ ਜਿਹੀ ਆਵਾਜ਼ ਚੱਕਦੇ ਨੇ ਆਪਣੀ ਮਾਂ ਨੂੰ ਦੱਸਤਾ ਕਿ ਪਿਓ ਵੱਲੋਂ ਇਹ ਚੀਜ਼ ਹੋਈ ਆ ਹਾਂ ਤਾਂ ਮਾਂ ਕਹਿ ਦਿੰਦੀ ਏ ਕਿ ਮੇਰਾ ਤਾਂ ਘਰ ਪਟਿਆ ਜਾਊਗਾ ਜੀ ਮੈਂ ਕਿਹਦੇ ਕੋਲ ਜਾਊਂਗੀ ਜੀ ਬਹੁਤ ਚੀਜ਼ਾਂ ਹੋ ਜਾਂਦੀਆਂ ਨੇ ਹਨਾ ਫਿਰ ਇੱਕ ਸਮਾਜ ਦਾ ਡਰ ਸਭ ਤੋਂ ਵੱਡਾ ਡਰ ਹੁੰਦਾ ਸਮਾਜ ਦਾ ਡਰ ਬਿਲਕੁਲ ਕਿ ਸਮਾਜ ਕੀ ਕਹੂਗਾ ਹਾਂ ਹਨਾ ਸੋ ਸਾਰੀ ਉਮਰ ਇਹ ਚੀਜ਼ਾਂ ਚੱਲੀ ਜਾਂਦੀ ਨੇ ਇੱਕ ਮੂਵੀ ਆਈ ਸੀ ਹਾਈਵੇ ਹਾਂ ਹਾਂ ਬਿਲਕੁਲ ਆਲੀਆ ਪੱਟ ਦੀ ਜੀ ਜੀ ਤਾਂ ਉਸ ਦੇ ਵਿੱਚ ਵੀ ਉਸ ਦੇ ਜਿਹੜੇ ਅੰਕਲ ਹੁੰਦੇ ਨੇ ਚਾਚਾ ਜੀ ਹੁੰਦੇ ਨੇ ਉਹਨਾਂ ਵੱਲੋਂ ਹੀ ਇਹ ਸਾਰਾ ਕੁਝ ਕੀਤਾ ਜਾਂਦਾ ਔਰ ਲਾਸਟ ਮੂਮੈਂਟ ਤੇ ਜਾ ਕੇ ਉਹ ਇਸ ਚੀਜ਼ ਦੀ ਆਵਾਜ਼ ਉਹਦੀ ਜਿਹੜੀ ਕਿਨੇ ਚੀਕ ਹੁੰਦੀ ਆ ਉਹ ਨਿਕਲਦੀ ਆ ਬਿਲਕੁਲ ਬਿਲਕੁਲ ਇੱਕ ਟਾਈਮ ਹੁੰਦਾ ਸੀ ਜਦੋਂ ਛੋਟੇ ਹੁੰਦੇ ਬੱਚਿਆਂ ਨੂੰ ਸਾਨੂੰ ਵੀ ਛੁੱਟੀਆਂ ਹੁੰਦੀਆਂ ਸੀ ਅਸੀਂ ਆਪਣੇ ਨਾਨਕੇ ਜਾਂਦੇ ਸੀ ਤੇ ਮਹੀਨਾ-ਮਹੀਨਾ ਰਹਿ ਕੇ ਆਉਂਦੇ ਸੀ ਪਰ ਅੱਜ ਕੱਲ ਪੇਰੈਂਟਸ ਇਹ ਹਿੰਮਤ ਨਹੀਂ ਕਰ ਪਾਉਂਦੇ ਸ਼ਹਿਰਾਂ ਵਿੱਚ ਖਾਸ ਜ਼ੋਰ ਤੇ ਕਿ ਪੇਰੈਂਟਸ ਇਹ ਹਿੰਮਤ ਨਹੀਂ ਕਰ ਪਾਉਂਦੇ ਕਿ ਆਪਾਂ ਰਿਸ਼ਤੇਦਾਰੀ ਵਿੱਚ ਕਿਤੇ ਵੀ ਆਪਣੇ ਬੱਚਿਆਂ ਨੂੰ ਖਾਸ ਜ਼ੋਰ ਤੇ ਕੁੜੀਆਂ ਹਨੇ ਅਗਰ ਅਸੀਂ ਉਹਨਾਂ ਨੂੰ ਫ੍ਰੀਲੀ ਕਿਤੇ ਛੱਡ ਕੇ ਆਈਏ ਅਗਰ ਅਸੀਂ ਕੁਝ ਰਿਐਲਿਟੀ ਸ਼ੋਜ਼ ਦੇਖਦੇ ਹਾਂ ਉਹਨਾਂ ਵਿੱਚ ਵੀ ਬਹੁਤ ਟਰੂ ਸਟੋਰੀਜ਼ ਦੇਖਣ ਨੂੰ ਮਿਲਦੀਆਂ ਨੇ ਕਿਵੇਂ ਕਲੋਜ਼ ਜੋ ਰਿਸ਼ਤੇਦਾਰ ਹੁੰਦੇ ਨੇ ਜਿਨ੍ਹਾਂ ਤੇ ਆਪਾਂ ਇਨਾ ਫੇਥ ਕਰਦੇ ਹਾਂ ਉਹੀ ਕਿਤੇ ਨਾ ਕਿਤੇ ਸਾਡੇ ਬੱਚੇ ਦੇ ਨਾਲ ਗਲ ਇਹ ਇਸ ਦੇ ਵਿੱਚ ਬੜਾ ਵੱਡਾ ਰੋਲ ਹੈ ਜੀ মিডিਆ ਦਾ ਮੈਂ ਤੁਹਾਨੂੰ ਦੱਸਣਾ ਚਾਹੁੰਨੀ ਆ ਕਿਉਂਕਿ মিডিਆ ਨੇ ਲੋਕਾਂ ਨੂੰ ਅਵੇਅਰ ਕੀਤਾ ਹੂੰ ਹੂੰ ਪਹਿਲਾਂ ਜਿਹੜਾ ਹੁੰਦਾ ਸੀ ਘਰਾਂ ਦੇ ਵਿੱਚ ਟੀਵੀ ਘੱਟ ਹੁੰਦੇ ਸੀ ਤਾਂ ਅਵੇਅਰਨੈਸ ਨਹੀਂ ਸੀ ਹੁੰਦੀ ਹਨਾ ਪਿਓ ਯੂਜ਼ ਕਰ ਰਹੇ ਬੱਚਿਆਂ ਨੂੰ ਚਾਚਾ ਮਾਮਾ ਤਾਇਆ ਦਾਦਾ ਜੀ ਜੀ ਹਨਾ ਲੇਕਿਨ ਅੱਜ ਦੇ ਟਾਈਮ 'ਚ ਜਿਸ ਤਰ੍ਹਾਂ ਤੁਸੀਂ ਕਿਹਾ ਰਿਐਲਿਟੀ ਸ਼ੋ ਆ ਚੁੱਕੇ ਨੇ ਉਹਨਾਂ ਦੇ ਉੱਪਰ ਸਟੋਰੀਜ਼ ਪਾਈਆਂ ਜਾਂਦੀਆਂ ਨੇ ਜਾਂ ਬੜੇ ਸ਼ੋ ਚੱਲ ਪਏ ਨੇ ਗੁਰਗਾਉਂ ਦਿੱਲੀ ਸਾਈਡ ਜਾਂ ਸਾਡੇ ਪੰਜਾਬ ਦੇ ਵਿੱਚ ਵੀ ਯੂਨੀਵਰਸਿਟੀਆਂ ਦੇ ਵਿੱਚ ਜਿੱਥੇ ਉਹ ਬੇਝਿਜਕ ਹੋ ਕੇ ਬੇਬਾਕ ਬੋਲਦੇ ਨੇ ਕਿ ਸਾਡੇ ਨਾਲ ਆ ਚੀਜ਼ ਹੋਈ ਆ ਜੀ 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 ਠੀਕ ਹੈ ਤਾਂ ਹੁਣ ਲੋਕ ਹੌਲੀ ਹੌਲੀ ਅਵੇਅਰ ਹੋਣਾ ਸ਼ੁਰੂ ਹੋ ਗਏ ਬਿਲਕੁਲ ਤਾਂ ਪਹਿਲਾਂ ਅਸੀਂ ਮਹੀਨਾ ਮਹੀਨਾ ਜਦੋਂ ਜੂਨ ਦੀਆਂ ਛੁੱਟੀਆਂ ਹੁੰਦੀਆਂ ਸੀ ਜਾਂ ਦਸੰਬਰ ਦੀਆਂ ਛੁੱਟੀਆਂ ਹੁੰਦੀਆਂ ਸੀ ਅਸੀਂ ਨਾਨਕੇ ਜਾਂਦੇ ਸੀ ਬੜੇ ਚਾਹ ਨਾਲ ਲੇਕਿਨ ਅੱਜ ਦੇ ਟਾਈਮ ਦੇ ਵਿੱਚ ਜਿਹੜੇ ਮਾਪੇ ਨੇ ਉਹ ਡਰਦੇ ਨੇ ਹੂੰ ਹੂੰ ਬਿਲਕੁਲ ਉਹ ਡਰਦੇ ਨੇ ਕਿ ਸਾਡੇ ਬੱਚੇ ਨਾਲ ਕਿਤੇ ਗਲਤ ਨਾ ਹੋ ਜਾਏ ਭਾਵੇਂ ਕੁੜੀ ਆ ਭਾਵੇਂ ਮੁੰਡਾ ਹੈ ਮਾਪਿਆਂ ਦੇ ਮਨ ਦੇ ਵਿੱਚ ਡਰ ਆ ਚੁੱਕਿਆ ਹੂੰ ਹੂੰ ਤਾਂ ਉਹਨਾਂ ਨੇ ਨਾਨਕਿਆਂ ਦੇ ਭੇਜਣਾ ਜਾਂ ਕਿਤੇ ਹੋਰ ਭੇਜਣਾ ਉਹਨਾਂ ਨੇ ਬੰਦ ਕਰ ਦਿੱਤਾ ਜੀ 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 ਬਿਲਕੁਲ ਠੀਕ ਹੈ ਇਸ ਚੀਜ਼ ਰਵੇ ਜੀ ਬਿਲਕੁਲ ਇੱਥੇ ਮੈਂ ਦਰਤ ਇਹ ਗੱਲ ਜਾਨਣਾ ਚਾਹੂੰਗੀ ਜਿੰਨੇ ਵੀ ਸਾਡੇ ਦਰਸ਼ਕ ਇਹ ਪ੍ਰੋਗਰਾਮ ਦੇਖ ਰਹੇ ਨੇ ਉਸ ਦੇ ਵਿੱਚ ਕਈ ਮਾਵਾ ਨੇ ਕਈ ਪਿਓ ਨੇ ਭਰਾ ਨੇ ਪੈਣਾ ਨੇ ਇਵਨ ਬੱਚੇ ਵੀ ਨੇ ਅੱਜ ਕੱਲ ਹਰੇਕ ਦੇ ਹੱਥ ਵਿੱਚ ਮੋਬਾਈਲ ਹੈ ਔਰ ਹਰ ਕੋਈ ਜੋ ਹੈ ਇਨਫੋਰਮੇਸ਼ਨ ਕਿਤੇ ਵੀ ਕੋਈ ਵੀ ਲੈ ਸਕਦਾ ਹੈ ਅ ਜਦ ਕਿਸੇ ਬੱਚੇ ਨਾਲ ਸਰੀਰਕ ਸ਼ੋਸ਼ਣ ਹੋ ਗਿਆ ਹਾਂਜੀ ਤਾਂ ਬੱਚੇ ਅਗਰ ਸ਼ੋਅ ਦੇਖ ਰਹੇ ਹੈ ਮੈਂ ਜ਼ਰੂਰ ਚਾਹੂੰਗੀ ਕਿ ਉਹ ਵੀ ਇਸ ਚੀਜ਼ ਨੂੰ ਬਿਲਕੁਲ ਧਿਆਨ ਨਾਲ ਸੁਣਨ ਤਾਂ ਉਹਨਾਂ ਨੂੰ ਫਰਸਟ ਸਟੈਪ ਕੀ ਲੈਣਾ ਚਾਹੀਦਾ ਕਿਉਂਕਿ ਇੱਕ ਛੋਟੇ ਬੱਚੇ ਦੀ ਮਾਨਸਿਕਤਾ ਉਸ ਲੈਵਲ ਤੇ ਮੈਚੂਰ ਨਹੀਂ ਹੁੰਦੀ ਕਿ ਉਹ ਇਹਨਾਂ ਚੀਜ਼ਾਂ ਨੂੰ ਸਮਝ ਸਕੇ ਤਾਂ ਉਸ ਦਾ ਫਰਸਟ ਸਟੈਪ ਕੀ ਹੋਣਾ ਚਾਹੀਦਾ ਹੈ ਤੇ ਉਸ ਤੋਂ ਬਾਅਦ ਫਰਦਰ ਪੇਰੈਂਟਸ ਦੀ ਕੀ ਰਿਸਪੌਂਸਿਬਿਲਿਟੀ ਬਣਦੀ ਹੈ ਕਿ ਉਹ ਆਪਣੇ ਬੱਚੇ ਦਾ ਸਾਥ ਦੇਣ ਉਸ ਦੀ ਆਵਾਜ਼ ਨੂੰ ਅੱਗੇ ਚੱਕਣ ਜਾਂ ਉਸ ਦੀ ਆਵਾਜ਼ ਨੂੰ ਦਬਾਈ ਦੇਣਾ ਚਾਹੀਦਾ ਨਹੀਂ ਨਹੀਂ ਇੱਥੇ ਦਰਸ਼ਕਾਂ ਨਾਲ ਮੈਂ ਵੀ ਇੱਕ ਗੱਲ ਸਾਂਝੀ ਕਰਨਾ ਚਾਹੁੰਦੀ ਆਂ ਜਦੋਂ ਮੇਰੇ ਨਾਲ ਇਹ ਕਿੱਸਾ ਹੋਇਆ ਸੀ ਤਾਂ ਮੇਰੀ ਉਮਰ ਲਗਭਗ 8 ਸਾਲ ਦੀ ਸੀ ਹੂੰ ਤਾਂ ਬੜਾ ਆਪਣੇਵਾਂ ਵੱਲੋਂ ਜਦੋਂ ਇਹ ਚੀਜ਼ ਹੋਈ ਤਾਂ ਲੇਕਿਨ ਮੈਂ ਆਵਾਜ਼ ਨੂੰ ਦਬਾਇਆ ਨਹੀਂ ਹੂੰ ਮੈਂ ਡਰੀ ਨਹੀਂ ਹੂੰ ਮੈਂ ਆਪਣੀ ਮਾਂ ਨੂੰ ਦੱਸਿਆ ਜੀ ਕਹਿੰਦੇ ਨੇ ਜਿਹੜਾ ਮਾਂ ਦਾ ਰੂਪ ਹੁੰਦਾ ਨਾ ਦੁਨੀਆ ਦੇ ਵਿੱਚ ਕਹਿੰਦੇ ਨੇ ਕਿ ਰੱਬ ਹੂੰ ਮਾਂ ਨੂੰ ਅਸੀਂ ਇੱਕ ਦਰਜਾ ਦਿੰਨੇ ਆ ਰੱਬ ਦਾ ਜੀ 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 ਕਹਿੰਦੇ ਰੱਬ ਨੇ ਰੱਬ ਨਹੀਂ ਦੇਖਿਆ ਤਾਂ ਮਾਂ ਨੂੰ ਦੇਖ ਲਓ ਹਣ ਤਾਂ ਮੇਰੀ ਮਾਂ ਨੇ ਸਟੱਪ ਚੱਕਿਆ ਤੋਂ ਮੈਂ ਇੱਥੇ ਜਿੰਨੇ ਵੀ ਸਾਡੇ ਦਰਸ਼ਕ ਨੇ ਮੈਂ ਉਹਨਾਂ ਨੂੰ ਦੱਸਣਾ ਚਾਹੁੰਦੀ ਜਿਹੜੇ ਬੱਚੇ ਨੇ ਉਹਨਾਂ ਨੂੰ ਦੱਸਣਾ ਚਾਹੁੰਦੀ ਆ ਅਗਰ ਤੁਹਾਡੇ ਨਾਲ ਗਲਤ ਹੁੰਦਾ ਤਾਂ ਆਪਣੀ ਆਵਾਜ਼ ਨੂੰ ਦਬਾਓ ਨਾ ਕਿ ਜਿੰਨਾ ਤੁਸੀਂ ਆਪਣੀ ਆਵਾਜ਼ ਨੂੰ ਦਬਾਉਂਗੇ ਜਿਹੜਾ ਤੁਹਾਡੇ ਤੇ ਜ਼ੁਲਮ ਕਰ ਰਿਹਾ ਉਹ ਹੋਰ ਜ਼ਿਆਦਾ ਪਾਵਰਫੁਲ ਹੋ ਜਾਏਗਾ ਤਾਂ ਇਸ ਕਰਕੇ ਤੁਸੀਂ ਆਪਣੀ ਆਵਾਜ਼ ਨੂੰ ਦਬਾਓ ਨਾ ਨਾਲ ਦੀ ਨਾਲ ਜਿਹਦੇ ਉੱਪਰ ਤੁਹਾਨੂੰ ਸਭ ਤੋਂ ਜ਼ਿਆਦਾ ਵਿਸ਼ਵਾਸ ਹੈ ਜੀ ਮੈਨੂੰ ਲੱਗਦਾ ਇੱਕ ਮਾਂ ਹੀ ਹੁੰਦੀ ਹੈ ਜਿਸ ਦੇ ਉੱਪਰ ਸਾਨੂੰ ਸਭ ਤੋਂ ਜ਼ਿਆਦਾ ਵਿਸ਼ਵਾਸ ਹੁੰਦਾ ਹੈ ਜੀ ਇੱਕ ਸਾਡੀ ਸੱਚੀ ਸਹੇਲੀ ਹੁੰਦੀ ਆ ਹਨਾ ਜਿਹਨੂੰ ਅਸੀਂ ਕਹਿੰਨੇ ਆ ਅਸੀਂ ਬੇਝਝ ਕੋ ਹੋ ਕੇ ਜਿਸ ਨਾਲ ਅਸੀਂ ਆਪਣੇ ਹਰ ਦਿਲ ਦੀ ਗੱਲ ਅਸੀਂ ਸਾਂਝੀ ਕਰ ਸਕਦੇ ਆ ਜੀ ਤਾਂ ਸਾਨੂੰ ਸਭ ਤੋਂ ਪਹਿਲਾਂ ਆਪਣੀ ਮਾਂ ਨੂੰ ਦੱਸਣਾ ਚਾਹੀਦਾ ਉਸ ਤੋਂ ਬਾਅਦ ਡਰਨਾ ਨਹੀਂ ਹੈ ਘਬਰਾਉਣਾ ਨਹੀਂ ਆ ਸਭ ਤੋਂ ਪਹਿਲਾਂ ਮਾਂ ਨੂੰ ਦੱਸੋ ਉਸ ਤੋਂ ਬਾਅਦ ਤੁਹਾਡੀ ਮਾਂ ਸਟਾਪ ਚਕੇਗੀ ਪੁਲਿਸ ਸਟੇਸ਼ਨ ਹੈਗਾ ਨੇੜੇ ਠੀਕ ਹੈ ਯਾ ਜਿੰਨੇ ਵੀ ਐਨ ਜੀਓਜ਼ ਹੈਗੇ ਨੇ ਤੁਹਾਡੇ ਨੇੜੇ ਤੁਹਾਡਾ ਸੋਸ਼ਲ ਹੈਗਾ ਸਰਕਲ ਹੈਗਾ ਤੁਹਾਡੇ ਮਦਰ ਦਾ ਤੁਸੀਂ ਉਹਨਾਂ ਨਾਲ ਡਿਸਕਸ ਡਿਸਕਸ ਕਰ ਸਕਦੇ ਹੋ ਦੂਜਾ ਮੈਂ ਇੱਥੇ ਬੱਚਿਆਂ ਨੂੰ ਹੋਰ ਦੱਸਣਾ ਚਾਹੁੰਨੀ ਆ ਜਿਸ ਤਰ੍ਹਾਂ ਮੈਂ ਸਕੂਲ ਕਾਲਜਸ ਚ ਜਾਣੀ ਆ ਤਾਂ ਮੈਂ ਉੱਥੇ ਅਵੇਰਨੈਸ ਕੈਂਪ ਲਗਾਉਣੀ ਆ ਤਾਂ ਉਹਨਾਂ ਨੂੰ ਬੈਡ ਔਰ ਰਾਈਟ ਟੱਚ ਬਾਰੇ ਜਦੋਂ ਦੱਸਦੀ ਹੁੰਨੀ ਆ ਨਾ ਉਹਨਾਂ ਨੂੰ ਮੈਂ ਇੱਕੋ ਗੱਲ ਕਹਿਨੀ ਹੁੰਨੀ ਕਿ ਜਿੱਥੇ ਤੁਹਾਨੂੰ ਲੱਗਦਾ ਗਲਤ ਹੋਣ ਵਾਲਾ ਜੀ ਬਿਲਕੁਲ ਇੰਟੂਇਸ਼ਨ ਹੋ ਜਾਂਦੀ ਹੈ ਵਾਈਬਸ ਆ ਜਾਂਦੇ ਨੇ ਇੱਕ ਵਾਈਬ੍ਰੇਸ਼ਨਸ ਆ ਜਾਂਦੀਆਂ ਨੇ ਹਨਾ ਜਿੱਥੇ ਤੁਹਾਨੂੰ ਲੱਗਦਾ ਕਿ ਗਲਤ ਹੋਣ ਵਾਲਾ ਭੱਜ ਜਾ ਉੱਥੋਂ ਹੂੰ ਚਿੱਕਾ ਮਾਰਨੀਆ ਸ਼ੁਰੂ ਕਰ ਦੋ ਉੱਚੀ ਉੱਚੀ ਬਿਲਕੁਲ ਤੋ ਬੰਦਾ ਡਰ ਜਾਊਗਾ ਹੂੰ ਜਦੋਂ ਤੁਸੀਂ ਚੁੱਪਚਾਪ ਕਰਕੇ ਸੰਦੇ ਰਹੋਗੇ ਤੋ ਬੰਦੇ ਦੇ ਅੰਦਰ ਹੌਸਲਾ ਵੱਧਦਾ ਜਾਂਦਾ ਕਿ ਤੋ ਚੁੱਪ ਹੈ ਜੀ ਜੀ ਕਿਉਂਕਿ 2 ਸਾਲ ਮੈਂ ਚੁੱਪ ਰਹੀ ਜੀ ਬਹੁਤ ਆਪਣੇ ਬੰਦੇ ਦੀ ਉਸ ਬੰਦੇ ਦੀ ਹਿੰਮਤ ਵੱਧ ਗਈ ਜੀ ਜੀ ਕਿ ਤਾਂ ਚੁੱਪੇ ਤਾਂ ਬੋਲ ਦੇਣੀ ਲੇਕਿਨ ਇੱਕ ਦਿਨ ਮੈਂ ਵੀ ਚੀਕ ਮਾਰੀ ਹਮ ਜਦੋਂ ਚੀਕ ਮਾਰੀ ਤਾਂ ਉਹ ਬੰਦਾ ਡਰ ਗਿਆ ਹਮ ਤਾਂ ਉਸਨੇ ਕਿਹਾ ਕਿ ਨਹੀਂ ਹੁਣ ਨਹੀਂ ਹਮ ਉਸ ਤੋਂ ਬਾਅਦ ਫਿਰ ਮੈਂ ਆਪਣੀ ਮਾਂ ਨੂੰ ਦੱਸਿਆ ਕਿ ਮੇਰੇ ਨਾਲ ਆ ਚੀਜ਼ਾਂ ਹੋ ਰਹੀਆਂ ਨੇ ਹਮ ਤਾਂ ਇਸ ਕਰਕੇ ਕਦੇ ਵੀ ਆਪਣੀ ਆਵਾਜ਼ ਨੂੰ ਦਬਾਓ ਨਾ ਉੱਥੋਂ ਭੱਜ ਜਾਓ ਹਮ ਸ਼ਿਕਮਾਨੀਆ ਸ਼ੁਰੂ ਕਰ ਦੋ ਗਵੰਡੀਆਂ ਦੇ ਘਰ ਚਲੇ ਜਾਓ ਜ ਜਿੱਥਾਂ ਜਿੱਥੋਂ ਵੀ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਸੇਫ ਹੋ ਜਿੱਥੇ ਵੀ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਸੇਫ ਹੋ ਤੁਸੀਂ ਆਪਣੇ ਆਪ ਨੂੰ ਬਚਾ ਸਕਦੇ ਹੋ ਉਸ ਰਸਤੇ ਚਲੇ ਜਾਓ ਜੀ 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 ਪਰ ਕਦੇ ਵੀ ਆਪਣੀ ਆਵਾਜ਼ ਨੂੰ ਦਬਾਉਣਾ ਨਹੀਂ ਹੈ ਕਿਉਂਕਿ ਕੁਝ ਚੀਜ਼ਾਂ ਹੁੰਦੀਆਂ ਨੇ ਜੇ ਤੁਸੀਂ ਆਪਣੀ ਆਵਾਜ਼ ਨੂੰ ਦਬਾ ਲਿਆ ਤੇ ਇਹ ਜਿਹੜੀਆਂ ਚੀਜ਼ਾਂ ਨੇ ਤੁਹਾਨੂੰ ساری ਉਮਰ ਸੌਣ ਨਹੀਂ ਦੇਣਗੀਆਂ ਬਿਲਕੁਲ ਬਿਲਕੁਲ ਕਿਉਂਕਿ ਇਹ ਬਹੁਤ ਵੱਡੀ ਗੱਲ ਹੈ ਕਿ ਆਪਣੇ ਨਾਲ ਇਸ ਤਰ੍ਹਾਂ ਦੀ ਹੋਈ ਗੱਲ ਨੂੰ ਕੈਮਰੇ ਦੇ ਸਾਹਮਣੇ ਬੈਠ ਕੇ ਇਹ ਗੱਲ ਬੋਲਣੀ ਕਿਉਂਕਿ ਕਈਆਂ ਦੇ ਨਾਲ ਇਹ ਚੀਜ਼ਾਂ ਇਹ ਘਟਨਾਵਾ ਵਾਪਰਦੀਆਂ ਨੇ ਲੇਕਿਨ ਮੂੰਹ ਸੋਸਾਇਟੀ ਦੇ ਵਿੱਚ ਆ ਕੇ ਬੋਲਣ ਨੂੰ ਕੋਈ ਤਿਆਰ ਨਹੀਂ ਹੁੰਦਾ ਕਿਉਂ ਸਾਨੂੰ ਇੱਕ ਸਮਾਜ ਦਾ ਡਾਇਰ ਹੈ ਲੇਕਿਨ ਅੱਜ ਅਗਰ ਨਾਮਿਕਾ ਸੰਧੂ ਸਾਡੇ ਨਾਲ ਬੈਠੇ ਨੇ ਔਰ ਇਹ ਚੀਜ਼ ਓਪਨਲੀ ਬੋਲ ਰਹੇ ਨੇ ਕਿ ਹਾਂ ਮੇਰੇ ਨਾਲ 8 ਸਾਲ ਦੀ ਉਮਰ ਵਿੱਚ ਐਵੇਂ ਹੋਇਆ ਉੱਪਰ ਆ ਕੇ ਉਸ ਤੋਂ ਬਾਅਦ ਆਵਾਜ਼ ਚੱਕੀ ਤੇ ਸਭ ਚੀਜ਼ਾਂ ਬੰਦ ਹੋਈਆਂ ਤਾਂ ਉਹਦਾ ਉਹਨਾਂ ਦਾ ਮਕਸਦ ਸਿਰਫ ਇਹ ਹੈ ਕਿ ਮੈਂ ਸਮਾਜ ਦੇ ਵਿੱਚ ਇੱਕ ਜਾਗਰੂਕਤਾ ਫੈਲਾ ਸਕਾਂ ਹੋਰ ਕੋਈ ਬੱਚਾ ਜਾਂ ਹੋਰ ਕੋਈ ਪੇਰੈਂਟਸ ਉਹਨਾਂ ਨੂੰ ਇਹ ਚੀਜ਼ਾਂ ਵਿੱਚੋਂ ਨਾ ਨਿਕਲਣਾ ਪਵੇ ਕਿਉਂਕਿ ਬੱਚੇ ਦੀ ਮਾਨਸਿਕਤਾ ਇੰਨੀ ਨਾਜ਼ੁਕ ਜੀ ਹੁੰਦੀ ਹੈ ਉੱਪਰੋਂ ਇਹ ਪ੍ਰੈਸ਼ਰ ਆਣਾ ਤਾਂ ਬੱਚੇ ਦੀ ਗਰੋਥ ਰੁਕ ਜਾਂਦੀ ਹੈ ਪ੍ਰੈਸ਼ਰ ਆਉਣਾ ਮੈਂ ਤੁਹਾਨੂੰ ਦੱਸਦੀ ਹਾਂ ਹਰਜੋਤ ਮੈਨੂੰ 2 ਸਾਲ ਪਤਾ ਹੀ ਨਹੀਂ ਸੀ ਲੱਗਿਆ ਕਿ ਮੇਰੇ ਨਾਲ ਕੀ ਹੋ ਰਿਹਾ ਜੀ ਜੀ ਕਿਉਂਕਿ 8 ਸਾਲ ਦਾ ਬੱਚਾ ਅਗਰ ਮੈਂ ਗੱਲ ਕਰਾਂ ਤਾਂ ਨਹੀਂ ਪਤਾ ਹੁੰਦਾ ਉਸ ਨੂੰ ਜੀ ਜੀ ਅੱਜ ਦੇ ਟਾਈਮ ਚ 8 ਸਾਲ ਦੇ ਬੱਚੇ ਨੂੰ ਮੈਨੂੰ ਲੱਗਦਾ ਸਾਰੀ ਨੋਲੇਜ ਆ ਲੇਕਿਨ ਮੈਂ ਅਗਰ ਗੱਲ ਕਰਾਂ 90 ਦੇ ਦਸ਼ਕ ਦੀ ਤਾਂ ਨਹੀਂ ਬੱਚਿਆਂ ਨੂੰ ਪਤਾ ਹੁੰਦਾ ਕਿ ਮੈਂ ਕੀ ਕਰਨਾ ਹੈ ਕਿ ਨਹੀਂ ਕਰਨਾ ਹੋਏਗਾ ਔਰ ਖਾਸ ਕਰਕੇ ਉਹਦੋਂ ਜਦੋਂ ਉਹਦੇ ਆਪਣੇ ਵੱਲੋਂ ਕੁਝ ਕਰ ਰਹੇ ਹੋਵੇ ਹਨਾ ਅਗਰ ਬਗਾਨੇ ਵੱਲੋਂ ਕਰ ਰਿਹਾ ਹੋਵੇ ਤਾਂ ਆਪਾਂ ਕਹਿ ਸਕਦੇ ਆ ਆਪਣੇ ਨੂੰ ਦੱਸ ਸਕਦੇ ਆ ਲੇਕਿਨ ਜਦੋਂ ਆਪਣਾ ਹੀ ਕੋਈ ਇਨਸਾਨ ਕਰਦਾ ਆਪਣੇ ਨਾਲ ਇਸ ਤਰ੍ਹਾਂ ਤਾਂ ਉਹਦੋਂ ਇਹ ਹੁੰਦਾ ਕਿ ਹੁਣ ਕਿਹਨੂੰ ਦੱਸੀਏ ਬਿਲਕੁਲ ਬਿਲਕੁਲ ਮਤਲਬ ਜਿਹਦੇ ਉੱਪਰ ਆਪਾਂ ਸਭ ਤੋਂ ਜ਼ਿਆਦਾ ٹرسٹ ਕਰਦੇ ਆ ਸਭ ਤੋਂ ਜ਼ਿਆਦਾ ਵਿਸ਼ਵਾਸ ਕਰਦੇ ਨੇ ਹੁਣ ਕਿਹਨੂੰ ਦਸੀਏ ਹਨ ਸੋ ਇਹ ਚੀਜ਼ਾਂ ਬੜੀਆਂ ਅੰਦਰ ਮੈਨੂੰ ਝੰਜੋੜਦੀਆਂ ਸੀ ਸਾਰੀ ਉਮਰ ਮੈਨੂੰ ਇਹ ਚੀਜ਼ਾਂ ਕੀਤੀਆਂ ਫਿਰ ਮੈਂ 2016 ਦੇ ਵਿੱਚ ਇੱਕ ਕੁਝ ਮੇਰੇ ਨਾਲ ਮੇਰੀ ਜ਼ਿੰਦਗੀ ਦੇ ਵਿੱਚ ਹਾਦਸਾ ਹੋਇਆ ਹਾਦਸੇ ਤਾਂ ਵੈਸੇ ਬਹੁਤ ਹੋਏ ਨੇ ਲੇਕਿਨ ਕੁਝ ਐਵੇਂ ਦਾ ਹਾਦਸਾ ਹੋਇਆ ਕਿ ਮੈਨੂੰ ਲੱਗਿਆ ਕਿ ਨਹੀਂ ਮੈਨੂੰ ਹੁਣ ਇਸ ਚੀਜ਼ ਨੂੰ ਇੱਕ ਲਹਿਰ ਮੈਨੂੰ ਚਲਾਉਣੀ ਚਾਹੀਦੀ ਆ ਤਾਂ ਮੈਂ ਫਾਈਨੈਂਸ਼ਲੀ ਸਟਰੋਂਗ ਨਹੀਂ ਸੀ ਜਾਂ ਕੁਝ ਵੀ ਨਹੀਂ ਸੀ ਤਾਂ ਮੈਂ ਇੱਕ ਪੇਜ ਬਣਾਇਆ ਫੇਸਬੁੱਕ ਦੇ ਉੱਪਰ ਜਿਸ ਦੇ ਨਾਮ ਰੱਖਿਆ ਮੈਂ ਬੇਟੀ ਬਚਾਓ ਬੇਟੀ ਪੜਾਓ ਔਰ ਬੇਟੀ ਕੋ ਸਵਸਥ ਬਣਾਓ ਕਿਉਂਕਿ ਜਿੱਥੇ ਅਗਰ ਹੈਲਥ ਦੀ ਗੱਲ ਆਉਂਦੀ ਹੈ ਤਾਂ ਹੈਲਥ ਦੇ ਅੰਦਰ ਇਹ ਸਾਰੇ ਟੌਪਿਕਸ ਆ ਜਾਂਦੇ ਨੇ ਸੋ ਉਸ ਦੇ ਵਿੱਚ ਮੈਂ ਨੇੜੇ ਦੇ ਸਕੂਲਾਂ ਦੇ ਵਿੱਚ ਜਾਣਾ ਸ਼ੁਰੂ ਕੀਤਾ ਫਿਰ ਹੌਲੀ-ਹੌਲੀ ਜਿੰਨੇ ਵੀ ਬਠਿੰਡਾ ਦੇ ਕਾਲਜ ਸਕੂਲ ਹੈਗੇ ਨੇ ਉਹਨਾਂ ਦੇ ਵਿੱਚ ਜਾਣਾ ਸ਼ੁਰੂ ਕੀਤਾ ਉਸ ਤੋਂ ਬਾਅਦ ਬਠਿੰਡਾ ਦੇ ਨੇੜੇ ਜਿਵੇਂ ਮੁਕਸਰ ਹੋ ਗਿਆ ਗਿੱਦੜਬਾ ਹੋ ਗਿਆ ਫਰੀਦਕੋਟ ਕਟਕਪੂਰਾ ਹੋ ਗਿਆ ਚੰਡੀਗੜ੍ਹ ਹੋ ਗਿਆ ਰੋਪੜ ਖੰਨਾ ਇਧਰਲੀ ਸਾਈਡਸ ਵੀ ਮੈਂ ਜਾ ਕੇ ਸਕੂਲ ਕਾਲਜਸ ਦੇ ਵਿੱਚ ਜਿੰਨਾ ਹੋ ਸਕਦਾ ਸੀ ਮੈਂ ਆਪਣੀਆਂ ਬੱਚੀਆਂ ਨੂੰ ਆਪਣੀਆਂ ਬੇਟੀਆਂ ਨੂੰ ਮੈਂ ਉਹਨਾਂ ਨੂੰ ਅਵੇਅਰ ਕਰਦੀ ਰਹਿੰਦੀ ਸੀ ਕਿ ਤੁਸੀਂ ਇਹ ਚੀਜ਼ ਕਰਨੀ ਆ ਤੁਸੀਂ ਦਬਾਣੀ ਹੈਗਾ ਆਪਣੀ ਆਵਾਜ਼ ਨੂੰ ਦਬਾਉਣਾ ਨਹੀਂ ਹੈਗਾ ਕਿਉਂਕਿ ਮੈਂ ਨਹੀਂ ਚਾਹੁੰਦੀ ਹੈ ਕਿ ਜਿਹੜਾ ਸੰਤਾਪ ਮੈਂ ਆਪਣੀ ਸਰੀਰ ਤੇ ਹੰਡਾਇਆ ਹੈ ਜਾਂ ਮਾਨਸਿਕਤਾ ਕਿਉਂਕਿ ਕਹਿੰਦੇ ਨੇ ਨਾ ਕਿ ਸ਼ਰੀਰਿਕ ਜਿਹੜੇ ਜ਼ਖਮ ਹੁੰਦੇ ਨੇ ਉਹ ਭਰ ਜਾਂਦੇ ਨੇ ਲੇਕਿਨ ਜਿਹੜੇ ਤੁਹਾਡੇ ਦਿਲ ਦੇ ਉੱਪਰ ਜਿਹੜੇ ਤੁਹਾਡੇ ਦਿਮਾਗ ਦੇ ਉੱਪਰ ਜਿਹੜੇ ਜ਼ਖਮ ਨੇ ਉਹ ساری ਉਮਰ ਨਹੀਂ ਭਰਦੇ ਹੈਗੇ ਜੀ ਬਿਲਕੁਲ ਇੱਥੇ ਮੈਂ ਚੀਜ਼ ਇੱਕ ਹੋਰ ਪੁੱਛਣਾ ਚਾਹੂੰਗੀ ਲਾਈਕ ਅਗਰ ਅਸੀਂ ਅੱਜ ਦੀ ਗੱਲ ਕਰੀਏ ਕੁਝ ਬੱਚੇ ਜਾਂ ਪੇਰੈਂਟਸ ਇਸ ਗੱਲ ਨੂੰ ਓਪਨਲੀ ਤਾਂ ਨਹੀਂ ਲੈ ਕੇ ਆਉਂਦੇ ਆ ਸਾਹਮਣੇ ਪਤਾ ਵੀ ਹੈ ਕਿ ਇਸ ਬੰਦੇ ਨੇ ਗਲਤ ਕੀਤਾ ਮੇਰੇ ਬੱਚੇ ਦਾ ਲੇਕਿਨ ਓਪਨਲੀ ਨਹੀਂ ਬੋਲਦੇ ਚੁੱਪ ਰਹਿੰਦੇ ਨੇ ਪੇਰੈਂਟਸ ਇਸੇ ਡਰ ਨਾਲ ਕਿ ਸੋਸਾਇਟੀ ਜਾਂ ਸਮਾਜ ਕੀ ਕਹੇਗਾ ਜਦਕਿ ਗਲਤ ਕੀਤਾ ਨਾ ਕੀਤਾ ਤੁਹਾਡੇ ਆਪਣੇ ਬੱਚੇ ਨਾਲ ਹੋਇਆ ਸੀ ਸਮਾਜ ਬਾਰੇ ਕਿਉਂ ਸੋਚੀਏ ਇੱਥੇ ਮੈਂ ਤੁਹਾਡੀ ਐਗਜ਼ਾਮਪਲ ਚੋ ਹੀ ਹੁਣੇ ਸਵਾਲ ਕਰਨਾ ਚਾਹੂੰਗੀ ਜਦੋਂ ਤੁਸੀਂ ਇਹ ਆਵਾਜ਼ ਚੱਕੀ ਹੂੰ ਤੁਹਾਡੇ ਮਦਰ ਨੇ ਤੁਹਾਡੇ ਲਈ ਆਵਾਜ਼ ਚੱਕੀ ਉਸ ਤੋਂ ਬਾਅਦ ਰਿਸ਼ਤੇਦਾਰੀਆਂ ਸਮਾਜ ਵਿੱਚ ਕਿਸ ਤਰੀਕੇ ਨਾਲ ਤੁਹਾਨੂੰ ਵੇਖਿਆ ਜਾਣ ਲੱਗਿਆ ਕਿਉਂਕਿ ਓਪਨ ਹੋ ਜਾਂਦੀ ਹੈ ਗੱਲ ਇੱਕ ਤੋਂ ਬਾਅਦ ਇੱਕ ਦੋ ਤਿੰਨ ਸਭ ਨੂੰ ਇਹ ਗੱਲ ਪਹੁੰਚਦੀ ਹੈ ਸਮਾਜ ਜਿਸ ਨੂੰ ਅਸੀਂ ਬਹੁਤ ਜ਼ਿਆਦਾ ਸੋਧਿਆ ਸਮਾਜ ਕੀ ਕਹੇਗਾ ਸਮਾਜ ਨੇ ਫਿਰ ਤੁਹਾਨੂੰ ਕਿਸ ਨਜ਼ਰੀਏ ਨਾਲ ਦੇਖਿਆ ਤੇ ਕੀ ਕਿਹਾ ਪਹਿਲੀ ਗੱਲ ਤੇ ਜਦੋਂ ਮੈਂ ਗੱਲ ਦੱਸੀ ਤਾਂ ਉਸ ਟਾਈਮ ਮੇਰੀ ਉਮਰ 10 ਸਾਲ ਦੀ ਹੋ ਚੁੱਕੀ ਸੀ ਜੀ ਤਾਂ 1999 ਦੀ ਗੱਲ ਹੈ ਇਹ ਤੋਂ ਮੈਂ 10 1/2 ਸਾਲ ਦੀ ਸੀ ਪੰਜਵੀਂ ਪਾਸ ਕਰ ਚੁੱਕੀ ਸੀ ਉਦੋਂ ਮੈਂ ਜਦੋਂ ਮੈਂ ਸਾਰੀ ਚੀਜ਼ਾਂ ਦੱਸੀਆਂ ਤਾਂ ਜਿੰਨੇ ਵੀ ਮੇਰੇ ਰਿਸ਼ਤੇਦਾਰ ਨੇ ਜਿਵੇਂ ਆਪਾਂ ਕਹਿੰਦੇ ਦਾਦਕਿਆਂ ਸਾਈਡ ਤੋਂ ਜਾਂ ਜਿੰਨੇ ਵੀ ਮੇਰੀ ਫੈਮਲੀ ਦੇ ਨਾਲ ਜੁੜੇ ਹੋਏ ਸੀ ਤਾਂ ਉਹਨਾਂ ਨੂੰ ਵੀ ਸ਼ੌਕ ਲੱਗਿਆ ਹਨ ਫਿਰ ਕਿਤੇ ਨਾ ਕਿਤੇ ਮੈਂ ਇੱਕ ਚੀਜ਼ ਦੇਖੀ ਹੈ ਕਿ ਪੈਸਾ ਬੜਾ ਮਾਇਨੇ ਰੱਖਦਾ ਇਸ ਚੀਜ਼ ਦੇ ਵਿੱਚ ਜਦੋਂ ਇੱਕ ਪਾਰਟੀ ਪਾਵਰਫੁੱਲ ਹੈ ਜੀ ਔਰ ਇੱਕ ਪਾਰਟੀ ਕੁਲੀ ਸੱਚਾਈ ਆ ਲੇਕਿਨ ਤਵੱਜੋ ਹਮੇਸ਼ਾ ਪੈਸੇ ਨੂੰ ਮਿਲੇਗੀ ਜੀ 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 ਕਿਤੇ ਨਾ ਕਿਤੇ ਉਹਨਾਂ ਦੇ ਰਿਸ਼ਤੇਦਾਰਾਂ ਨੇ ਕਿਤੇ ਨਾ ਕਿਤੇ ਇਹ ਚੀਜ਼ਾਂ ਨੂੰ ਦਬਾਇਆ ਗਿਆ ਕਿ ਨਹੀਂ ਸਾਡੀ ਬਦਨਾਮੀ ਹੋਏਗੀ ਹਣਾ ਤੇ ਮੇਰੀ ਇਸ ਗੱਲ ਨੂੰ ਇਗਨੋਰ ਕੀਤਾ ਗਿਆ ਹੂੰ ਇਸ ਗੱਲ ਨੂੰ ਇਗਨੋਰ ਕੀਤਾ ਗਿਆ ਕਿ ਸ਼ਾਇਦ ਇਹਦੀ ਮਾਂ ਸिखਾਉਂਦੀ ਆ ਹਣਾ ਲੇਕਿਨ ਕਦੇ ਵੀ ਕੋਈ ਮਾਂ ਬਿਲਕੁਲ ਆਪਣੇ ਧੀ ਦੀ ਇੱਜ਼ਤ ਨਾਲ ਖਿਲਵਾੜ ਕਦੇ ਨਹੀਂ ਕਰੇਗੀ ਬਿਲਕੁਲ ਬਿਲਕੁਲ ਇਹ ਚੀਜ਼ ਮੈਂ ਦਰਸ਼ਕਾਂ ਨੂੰ ਦੱਸਣਾ ਚਾਹੁੰਦੀ ਹਾਂ ਇਸ ਕਰਕੇ ਦੱਸ ਰਹੀ ਆ ਕਿਉਂਕਿ ਇਹ ਚੀਜ਼ਾਂ ਹੁੰਦੀਆਂ ਨੇ ਸਮਾਜ ਦੇ ਵਿੱਚ ਹੂੰ ਮੇਰੇ ਕੋਲ ਇਸ ਟਾਈਮ ਕੋਈ ਡਿਗਰੀ ਨਹੀਂ ਹੈ ਮੈਂ ਸਿਰਫ 10ਵੀਂ ਪਾਸ ਆ ਲੇਕਿਨ ਜ਼ਿੰਦਗੀ ਦੇ ਵਿੱਚ ਜੋ ਮੈਂ ਸਿੱਖਿਆ ਔਰ ਜੋ ਮੈਂ ਦਰਸ਼ਕਾਂ ਦੇ ਰੋਬਰੂ ਕਰਦੀ ਆ ਉਹ ਮੇਰੇ ਜ਼ਿੰਦਗੀ ਦਾ ਤਜਰਬਾ ਹੈ ਮੈਂ ਮੋਟੀਵੇਸ਼ਨ ਸਪੀਕਰ ਵੀ ਆ ਮੈਂ ਇਸ ਟਾਈਮ ਜੌਬ ਵੀ ਕਰ ਰਹੀ ਆ ਬਠਿੰਡਾ ਦੇ ਵਿੱਚ ਸੰਜੇ ਵੀਵਰਸ ਸਕੂਲ ਦੇ ਵਿੱਚ ਐਜ਼ ਅ ਐਡਮਿਸ਼ਨ ਕਾਉਂਸਲਰ ਕਾਉਂਸਲਰ ਨਾਲ ਨਾਲ ਮੈਂ ਸੋਸ਼ਲ ਵਰਕਰ ਵੀ ਆ राइट right? और नाल नाल कोशिश और जी जी। मैं कोशिश करदी हां जिससे डोमेस्टिक वायलेंस ਦੀਆਂ ਸ਼ਿਕਾਰ ਕੁੜੀਆਂ ਨੇ ਜੀ ڈپریشن ਦਾ ਸ਼ਿਕਾਰ ਹੈ ਸਟ्रेस ਹੈ ਉਹਨਾਂ ਨੂੰ ਕੋਈ ਕੁੜੀ ਹੈ ਜਿਹੜੀ ਗੱਲ ਨਹੀਂ ਕਰ ਪਾਰੀ ਹੈਗੀ ਲੇਕਿਨ ਅੰਦਰ ਹੀ ਅੰਦਰ ਘੁੱਟੀ ਜਾ ਰਹੀ ਆ ਜੀ ਜੀ ਮੈਂ ਉਹਨਾਂ ਦੀ ਗੱਲ ਸੁਣਦੀ हूं क्योंकि ਇਹ ਅਗਰ ਮੈਂ ਮਿਸ਼ਨ ਬਣਾਇਆ ਸੀ ਯਾ ਐਨ ਜੀਓ ਅਗਰ ਮੈਂ ਐਨ ਜੀਓ ਦੇ ਨਾਲ ਕਿਸੇ ਨਾਲ ਨਹੀਂ ਜੁੜੀ ਉਹਦਾ ਕਾਰਨ ਇਹੀ ਸੀ ਕਿਉਂਕਿ ਜ਼ਰੂਰੀ ਨਹੀਂ ਹੁੰਦਾ ਹਰ ਜੁੱਤ ਕੇ ਜਿਹੜੀ ਸੇਵਾ ਹੁੰਦੀ ਉਹ ਪੈਸੇ ਨਾਲ ਕੀਤੀ ਜਾਵੇ ਬਿਲਕੁਲ ਬਿਲਕੁਲ ਇੱਕ ਇੱਛਾ ਹੋਣੀ ਚਾਹੀਦੀ ਹੈ ਇੱਕ ਇੱਛਾ ਹੋਣੀ ਚਾਹੀਦੀ ਹੈ ਮੈਂ ਇਸ ਚੀਜ਼ ਨੂੰ ਸੋਚਦੇ ਹਾਂ ਕਿ ਸ਼ਾਇਦ ਜਦੋਂ ਮੇਰੇ ਨਾਲ ਆ ਸਾਰਾ ਕੁਝ ਹੋਇਆ ਕਿ ਸ਼ਾਇਦ ਮੇਰੀ ਕੋਈ ਕਾਉਂਸਲਿੰਗ ਕਰਦਾ ਸ਼ਾਇਦ ਮੇਰੀ ਮਾਂ ਤੋਂ ਇਲਾਵਾ ਕੋਈ ਹੋਰ ਵੀ ਮੇਰੀ ਗੱਲ ਸੁਣਦਾ ਸ਼ਾਇਦ ਕੋਈ ਹੋਰ ਵੀ ਮੇਰੇ ਸਿਰ ਤੇ ਹੱਥ ਰੱਖਦਾ ਕਿ ਨਹੀਂ ਅਸੀਂ ਤੇਰੇ ਨਾਲ ਹਾਂ ਜੀ ਜੀ ਤਾਂ ਸ਼ਾਇਦ ਉਸ ਅ ਇਨਸਾਨ ਨੂੰ ਅੱਜ ਨੂੰ ਸਜ਼ਾ ਹੁੰਦੀ ਹੈ ਨਾ ਲੇਕਿਨ ਕਿਸੇ ਨੇ ਸਿਰ ਤੇ ਹੱਥ ਨਹੀਂ ਰੱਖਿਆ ਹੈਗਾ ਕੱਲੀ ਮਾਂ ਵੀ ਵਿਚਾਰੀ ਕੀ ਕਰਦੀ ਸੋ ਬਿਲਕੁਲ ਸਾਡੇ ਸਮਾਜ ਦੀ ਨਾ ਇੱਕ ਅਸੀਂ ਇਹੀ ਕਮੀ ਕਹਿ ਸਕਦੇ ਆ ਕਿ ਅਸੀਂ ਗੱਲਾਂ ਬਹੁਤ ਕਰਦੇ ਆ ਲੋਕ ਅਸੀਂ ਹੁਣ ਚਾਹੇ ਸ਼ੋਅ ਵਿੱਚ ਗੱਲ ਕਰ ਰਹੇ ਆ ਜਿੰਨੇ ਵੀ ਦਰਸ਼ਕ ਸਾਡੇ ਪ੍ਰੋਗਰਾਮ ਦੇਖ ਰਹੇ ਹੋਣਗੇ ਚਾਰ ਜਣੇ ਅਗਰ ਘਰ ਵਿੱਚ ਬੈਠੇ ਆ ਗੱਲਾਂ ਜ਼ਰੂਰ ਕਰਨਗੇ ਕਿ ਹਾਂ ਐਵੇਂ ਹੋਣਾ ਚਾਹੀਦਾ ਲੇਕਿਨ ਹੋਣਾ ਚਾਹੀਦਾ ਜਦੋਂ ਉਸ ਨੂੰ ਪ੍ਰੈਕਟੀਕਲ ਕਰਨਾ ਹੈ ਤਾਂ ਅਸੀਂ ਪਤਾ ਨਹੀਂ ਕਿਉਂ ਸਾਰੇ ਚੁੱਪ ਹੋ ਕੇ ਬੈਠ ਜਾਂਦੇ ਆ ਕਿ ਨਹੀਂ ਇਹ ਸਾਡੇ ਨਾਲ ਹੋਇਆ ਤਾਂ ਅਸੀਂ ਜੋ ਹੈ ਸਮਾਜ ਵਿੱਚ ਉੱਠ ਕੇ ਇਸ ਮੁੱਦੇ ਨੂੰ ਨਹੀਂ ਚੱਕਣਾ ਕੋਈ ਪਹਿਲ ਨਹੀਂ ਕਰਦਾ ਬਿਲਕੁਲ ਬਿਲਕੁਲ ਸਹੀ ਗੱਲ ਕਹੀ ਤੁਸੀਂ ਸੋ ਸਾਡੇ ਇਸ ਪ੍ਰੋਗਰਾਮ ਵਿੱਚ ਅੱਜ ਦੇ ਇਸ ਮੁੱਦੇ ਨੂੰ ਲੈ ਕੇ ਆਉਣ ਦਾ ਮਕਸਦ ਇਹੀ ਹੈ ਕਿ ਤੁਸੀਂ ਵੀ ਇਸ ਮੁੱਦੇ ਨੂੰ ਲੈ ਕੇ ਥੋੜੇ ਜਾਗਰੂਕਤਾ ਲੈ ਕੇ ਆਓ ਆਪਣੇ ਘਰ ਪਰਿਵਾਰ ਦੇ ਵਿੱਚ ਅਗਰ ਤੁਹਾਡੇ ਘਰ ਵਿੱਚ ਬੱਚੇ ਨੇ ਉਹਨਾਂ ਨੂੰ ਇਹ ਚੀਜ਼ਾਂ ਸਮਝਾਓ ਤਾਂ ਕਿ ਅੱਗੇ ਬੱਚਿਆਂ ਨੂੰ ਇਹ ਚੀਜ਼ਾਂ ਨਾ ਫੇਸ ਕਰਨੀਆਂ ਪੈਣ ਅਗਰ ਹੌਲੀ ਹੌਲੀ ਅਸੀਂ ਇੱਕ ਬੰਦੇ ਨੂੰ ਸਮਝਾਵਾਂਗੇ ਤਾਂ ਹੌਲੀ 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 ਕਿਤੇ ਨਾ ਕਿਤੇ ਸਾਡੇ ਸਮਾਜ ਵਿੱਚ ਚੇਂਜ ਜ਼ਰੂਰ ਆਏਗਾ ਕਿਉਂਕਿ ਅਸੀਂ ਇਹ ਸੋਚ ਸਕਦੇ ਹਾਂ ਕਿ ਉਸ ਇਨਸਾਨ ਦੀ ਮਾਨਸਿਕਤਾ ਕਿਤੇ ਨਾ ਕਿਤੇ ਬਹੁਤ ਮਾੜੀ ਹੁੰਦੀ ਹੈ ਜੋ ਬੱਚੇ ਨੂੰ ਉਸ ਨਜ਼ਰ ਨਾਲ ਦੇਖਦਾ ਜੋ ਬੱਚੇ ਨਾਲ ਸਰੀਰਕ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕਰਦਾ ਹੈ ਬਿਲਕੁਲ ਜੀ ਬਿਲਕੁਲ ਬਿਲਕੁਲ ਮੈਂ ਇੱਥੇ ਅਰਜੋਤ ਇੱਕ ਗੱਲ ਕਹਿਣਾ ਚਾਹੁੰਦੇ ਆ ਆਪਣੇ ਦਰਸ਼ਕਾਂ ਨੂੰ ਆਡੀਅנס ਨੂੰ ਕਿ 24 ਵਰਕਿੰਗ ਤੁਸੀਂ ਜੌਬ ਕਰਦੇ ਹੋ ਬਹੁਤ ਬਿਜ਼ੀ ਲਾਈਫ ਆ ਤੁਹਾਡੀ ਹਨ ਲੇਕਿਨ ਫੇਰ ਵੀ ਤੁਸੀਂ ਆਪਣੇ ਬੱਚਿਆਂ ਨੂੰ ਇੱਕ ਘੰਟਾ ਜ਼ਰੂਰ ਦਿਓ ਜਿਹੜੀ ਟੈਕਨੋਲੋਜੀ ਹੈ ਠੀਕ ਹੈ ਟੈਕਨੋਲੋਜੀ ਸਾਨੂੰ ਬਹੁਤ ਅੱਗੇ ਲੈ ਕੇ ਜਾ ਰਹੀ ਆ ਲੇਕਿਨ ਫੇਰ ਵੀ ਉਸ ਟੈਕਨੋਲੋਜੀ ਨੂੰ ਥੋੜਾ ਦੂਰ ਰੱਖੇ ਚਾਹੇ ਤੁਸੀਂ ਡਿਨਰ ਟਾਈਮ ਹੀ ਇਕੱਠੇ ਹੋਵੋ ਹਨ ਆਪਣੇ ਬੱਚਿਆਂ ਨੂੰ ਉਹ ਸਾਰੀਆਂ ਚੀਜ਼ਾਂ ਸਮਝਾਓ ਉਹਨਾਂ ਨੂੰ ਇਹ ਚੀਜ਼ਾਂ ਬਾਰੇ ਅਵੇਅਰ ਕਰਨਾ ਬਹੁਤ ਜ਼ਰੂਰੀ ਆ ਹਨ ਅਸ ਦਾ ਟਾਈਮ ਵੈਸੇ ਮੈਨੂੰ ਲੱਗਦਾ ਨਹੀਂ ਕਿ ਉਹ ਟਾਈਮ ਰਹਿ ਗਿਆ ਜਿੱਥੇ ਸਾਨੂੰ ਸੰਗਣ ਦੀ ਜਾਂ ਸ਼ਰਮ ਕਰਨ ਦੀ ਲੋੜ ਆ ਹਨ ਕਿਉਂਕਿ ਬੜੇ ਰਿਐਲਿਟੀ ਸ਼ੋਅ ਆਂਦੇ ਨੇ ਤੁਸੀਂ ਟੀਵੀ ਅੱਗੇ ਬੈਠ ਜਓ ਤਾਂ ਪੂਰਾ ਪਰਿਵਾਰ ਬੈਠ ਕੇ ਟੀਵੀ ਨਹੀਂ ਦੇਖ ਸਕਦਾ ਹੁੰਦਾ ਕਿਉਂਕਿ ਐਵੇਂ ਐਵੇਂ ਦੇ ਸੀਰੀਅਲਸ ਆਂਦੇ ਨੇ ਬਟ ਮੈਂ ਤੁਹਾਨੂੰ ਇੱਕ ਚੀਜ਼ ਦਾ ਦੱਸ ਬੱਚਿਆਂ ਨੂੰ ਇੰਨੀਆਂ ਚੀਜ਼ਾਂ ਬਾਰੇ ਅਵੇਅਰ ਕਰਨਾ ਬਹੁਤ ਜ਼ਰੂਰੀ ਆ ਹਨਾ ਤੁਸੀਂ ਠੀਕ ਹੈ ਅੱਜ ਦੇ ਟਾਈਮ 'ਚ ਜੁਆਇੰਟ ਫੈਮਿਲੀਜ਼ ਨਹੀਂ ਹੈਗੀਆਂ ਹਨਾ ਬਹੁਤ ਛੋਟੇ ਛੋਟੇ ਪਰਿਵਾਰ ਹੋ ਚੁੱਕੇ ਨੇ ਪਿੰਡਾਂ ਦੇ ਵਿੱਚ ਲਗਾ ਲਓ ਜਾਂ ਸ਼ਹਿਰਾਂ ਦੇ ਵਿੱਚ ਲਗਾ ਲਓ ਸਿਰਫ ਮਾਪਿਓ ਹੀ ਰਹਿ ਗਏ ਨੇ ਬੱਚਿਆਂ ਦੇ ਨਾਲ ਦਾਦਾ ਦਾਦੀ ਨਾਨਾ ਨਾਨੀ ਦੀ ਅਗਰ ਗੱਲ ਕਹੀਏ ਤਾਂ ਆਏ ਚਾਚਿਆਂ ਦੀ ਗੱਲ ਕਰੀਆ ਤਾਂ ਉਹ ਸਾਰੇ ਅਲੱਗ-ਅਲੱਗ ਹੋ ਚੁੱਕੇ ਨੇ ਹਨਾ ਸੋ ਚਾਹੇ ਪਿੰਡ ਹੈ ਚਾਹੇ ਸ਼ਹਿਰ ਹੈ ਇਸ ਚੀਜ਼ ਦੀ ਅਵੇਅਰਨੈਸ ਬਹੁਤ ਜ਼ਰੂਰੀ ਹੈ ਜੀ ਬਿਲਕੁਲ ਕਿਉਂਕਿ ਸ਼ੋਸ਼ਣ ਕਦੇ ਵੀ ਕਿਸੇ ਨਾਲ ਵੀ ਹੋ ਸਕਦਾ ਕਿਤੇ ਵੀ ਹੋ ਸਕਦਾ ਜੀ ਬਿਲਕੁਲ ਔਰ ਮੈਨੂੰ ਲੱਗਦਾ ਹੈ ਕਿਤੇ ਨਾ ਕਿਤੇ ਨਾ ਸਾਡੀ ਪਰਿਵਾਰਾਂ ਦੇ ਵਿੱਚ ਜਿਵੇਂ ਤੁਸੀਂ ਗੱਲ ਕੀਤੀ ਕਿ ਪਰਿਵਾਰ ਬਹੁਤ ਛੋਟੇ ਹੋ ਚੁੱਕੇ ਨੇ ਤੇ ਉਸ ਦੇ ਬਾਵਜੂਦ ਜੋ ਹੈ ਪਰਿਵਾਰਾਂ ਵਿੱਚ ਛੋਟੇ ਹੋਣ ਦੇ ਨਾਲ ਨਾਲ ਜੋ ਪਰਿਵਾਰਕ ਮੈਂਬਰ ਨੇ ਉਹ ਬਹੁਤ ਜ਼ਿਆਦਾ ਕੇਅਰਲੈਸ ਹੋ ਚੁੱਕੇ ਨੇ ਕੇਅਰਲੈਸ ਹੋ ਚੁੱਕੇ ਨੇ ਰੀਜ਼ਨ ਇਹ ਹੈ ਅਸੀਂ ਆਪਣੇ ਬੱਚਿਆਂ ਦੇ ਹੱਥਾਂ ਵਿੱਚ ਮੋਬਾਈਲ ਫੋਨ ਦਿੱਤੇ ਹੋਏ ਨੇ YouTube ਹੈ ਇੰਟਰਨੈਟ ਹੈ ਅਸੀਂ ਤਾਂ ਇਹ ਸੋਚਦੇ ਹਾਂ ਕਿ ਸਾਡਾ ਬੱਚਾ ਗੇਮ ਖੇਡ ਰਿਹਾ ਹੈ ਜਾਂ ਫਿਰ ਕਾਰਟੂਨ ਦੇਖ ਰਿਹਾ ਪਰ ਪਤਾ ਹੀ ਨਹੀਂ ਚੱਲਦਾ ਕਦੋਂ ਉਸ ਬੱਚੇ ਅਗਰ ਅੱਗੇ ਕੁਝ ਇਹੋ ਜਿਹਾ ਲਿੰਕ ਆ ਜਾਂਦਾ ਹੈ ਉਸ ਨੂੰ ਓਪਨ ਕਰਦਾ ਹੈ ਤਾਂ ਇੱਕ ਅਲੱਗੀ ਦੁਨੀਆ ਦੇ ਵਿੱਚ ਚਲਾ ਜਾਂਦਾ ਜਿਸ ਕਰਕੇ ਉਸ ਦੀ ਮਾਨਸਿਕਤਾ ਟੋਟਲੀ ਚੇਂਜ ਹੋ ਜਾਂਦੀ ਹੈ ਸੋ ਇਹ ਕਿਤੇ ਨਾ ਕਿਤੇ ਧਿਆਨ ਦੇਣਾ ਕਿ ਅਗਰ ਅਸੀਂ ਆਪਣੇ ਬੱਚੇ ਦੇ ਹੱਥ ਵਿੱਚ ਮੋਬ ਕਰ ਰਿਹਾ ਕੀ ਚੀਜ਼ਾਂ ਦੇਖ ਰਿਹਾ ਉਹਦੀ ਮਾਨਸਿਕਤਾ ਕਿੱਧਰ ਜਾ ਰਹੀ ਹੈ ਇਹ ਚੀਜ਼ ਬੜੀ ਜ਼ਰੂਰੀ ਹੈ ਹਰਜੋਤ ਜਿਹੜੀਆਂ ਚੀਜ਼ਾਂ ਆਪਾਂ ਨੂੰ 15 ਸਾਲ ਦੀ ਉਮਰ ਤੋਂ ਬਾਅਦ ਜਾ ਕੇ ਪਤਾ ਲੱਗਣੀ ਆ ਸੀ ਹਨਾ ਲੱਗਦੀਆਂ ਸੀ ਅੱਜ ਦੇ ਟਾਈਮ 'ਚ ਮੇਰੇ ਖਿਆਲ 'ਚ 8-9 ਸਾਲ ਦੇ ਬੱਚੇ ਨੂੰ ਪਤਾ ਹੈ ਹਮ ਔਰ ਜਿਹੜੇ ਹਾਰਮੋਨ ਚੇਂजेस ਜਿਹੜੇ ਹੋ ਰਹੇ ਨੇ ਅੱਜਕੱਲ੍ਹ ਇਸੇ ਕਰਕੇ ਜਲਦੀ ਹੋ ਰਹੇ ਨੇ ਮੈਂ ਜਦੋਂ ਸੈਮੀਨਾਰਸ ਲਗਾਉਣੀ ਆ ਸਕੂਲ ਕਾਲਜਸ ਦੇ ਵਿੱਚ ਕਿਉਂਕਿ 2016 ਤੋਂ ਲਗਾ ਰਹੀ ਆ ਬੜੇ ਕੇਸ ਮੇਰੇ ਕੋਲ ਆਏ ਜਿਸ ਤਰ੍ਹਾਂ ਅਗਰ ਮੈਂ ਗੱਲ ਕਰਾਂ ਪੀਰੀਅਡਸ ਦੀ ਮਹਾਵਾਰੀ ਦੀ ਅਗਰ ਮੈਂ ਗੱਲ ਕਰਾਂ ਤਾਂ ਜਦੋਂ 17 18 ਸਾਲ ਦੀ ਕੁੜੀ ਹੁੰਦੀ ਸੀ ਤਾਂ ਉਦੋਂ ਉਹਨੂੰ ਮਹਾਵਾਰੀ ਆਉਣੀ ਸ਼ੁਰੂ ਹੁੰਦੀ ਸੀ ਤਾਂ ਉਹਨੂੰ ਪਤਾ ਲੱਗਦਾ ਸੀ ਕਿ ਮੇਰੇ ਸਰੀਰ 'ਚ ਚੇਂਜ ਆਉਣੇ ਸ਼ੁਰੂ ਹੋ ਚੁੱਕੇ ਆ ਲੇਕਿਨ ਅਜੇ ਟਾਈਮ 'ਚ ਮੈਂ ਦੇਖਿਆ 8 ਸਾਲ ਦੇ 8.5 ਸਾਲ ਦੇ 9 ਸਾਲ ਦੇ ਬੱਚੇ ਨੂੰ ਪੀਰੀਅਡ ਆਉਣੇ ਸਟਾਰਟ ਹੋ ਚੁੱਕੇ ਕਿੰਨਾ ਵੱਡਾ ਚੇਂਜ ਆ ਦੇਖੋ ਵਾਹ ਵੱਡਿਆ ਚੇਂਜ ਅਸੀਂ ਇਸ ਨੂੰ ਮੰਨਦਾ ਪੀਰੀਅਡ ਆਨ ਸਟਾਰਟ ਮਤਲਬ ਬੱਚਾ ਹਜੇ 3rd ਕਲਾਸ 'ਚ ਹੈ ਉਹਨੂੰ ਪੀਰੀਅਡ ਆਨ ਸਟਾਰਟ ਹੋਗੇ ਜੀ 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 ਹਾਰਮੋਨਸ ਚੇਂਜ ਜਲਦੀ ਹੋ ਰਹੇ ਨੇ ਇਸੇ ਕਰਕੇ ਕਿਉਂਕਿ ਇੱਕ ਤਾਂ ਸਾਡਾ ਖਾਣ ਪੀਣ ਸਹੀ ਨਹੀਂ ਹੈ ਦੂਜਾ ਜਿਹੜਾ ਅਸੀਂ ਆਪਣੇ ਹੱਥਾਂ ਦੇ ਵਿੱਚ ਇਹ ਟੈਕਨੋਲੋਜੀ ਜਿਹੜੀ ਹੈਗੇ ਜੰਤਰ ਜਿਹੜਾ ਫੜਾਇਆ ਹੋਇਆ ਹੈ ਹਨਾ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਸਾਨੂੰ ਪਤਾ ਹੀ ਨਹੀਂ ਹੈ ਕਿ ਸਾਡੇ ਬੱਚੇ ਕੀ ਦੇਖ ਰਹੇ ਨੇ ਜੀ ਬਿਲਕੁਲ ਕਈ ਵਾਰੀ ਐਵੇਂ ਹੁੰਦਾ ਹੈ ਕਿ ਸਾਡੇ ਬੱਚੇ ਸਾਡੇ ਨਾਲ ਗੱਲਾਂ ਕਰਨ ਦੀ ਕੋਸ਼ਿਸ਼ ਵੀ ਕਰਦੇ ਨੇ ਪਰ ਹਾਲ ਲੱਗਦਾ ਹੈ ਕਿ ਆ ਛੋਟੀਆਂ-ਛੋਟੀਆਂ ਗੱਲਾਂ ਵਿੱਚ ਕੀ ਰੱਖਿਆ ਵੀ ਸਾਡੇ ਲਈ ਉਹ ਗੱਲਾਂ ਕੋਈ ਖਾਸ ਨਹੀਂ ਹੁੰਦੀਆਂ ਲੇਕਿਨ ਉਹ ਬੱਚੇ ਦੇ ਲਈ ਉਹਨਾਂ ਦੀ ਦੁਨੀਆ ਹੁੰਦੀ ਹੈ ਉਹ ਗੱਲਾਂ ਤੇ ਉਹਨਾਂ ਨੂੰ ਸਮਝਣਾ ਚਾਹੀਦਾ ਹੈ ਅਗਰ ਅਸੀਂ ਆਪਣੇ ਬੱਚਿਆਂ ਨਾਲ ਇਹ ਕ੍ਰੀਏਟ ਕਰਾਂਗੇ ਕਿ ਫਰੈਂਡਸ ਦੀ ਤਰ੍ਹਾਂ ਅਸੀਂ ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ ਤਾਂ ਬੱਚੇ ਜੋ ਹੈ ਤੁਹਾਨੂੰ ਆਪਣੀ ਹਰ ਗੱਲ ਦੱਸਣ ਵਿੱਚ ਕਦੇ ਸੰਕੋਚ ਨਹੀਂ ਕਰਨਗੇ ਕਿਉਂਕਿ ਜਦੋਂ ਰੱਬ ਨਾ ਕਰੇ ਕਦੇ ਬੱਚਿਆਂ ਨਾਲ ਐਵੇਂ ਜੀ ਘਟਨਾ ਵਾਪਰੇ ਇੱਕ ਸੈਕਸੁਅਲ ਅਬਿਊਜ਼ ਮਤਲਬ ਇੱਕ ਬੱਚੇ ਦੀ ਸੋਚ ਦੇ ਉੱਪਰ ਬਹੁਤ ਵੱਡਾ ਭਾਰ ਸਾਰੀ ਉਮਰ ਦੇ ਲਈ ਮਾਨਸਿਕਤਾ ਦੇ ਉੱਪਰ ਮੈਂ ਉਹ ਹੀ ਤੁਹਾਨੂੰ ਪਹਿਲਾਂ ਗੱਲ ਦੱਸੀ ਕਿ ਜਿਹੜੇ ਸਰੀਰਕ ਜ਼ਖਮ ਹੁੰਦੇ ਨੇ ਉਹ ਕਿਤੇ ਨਾ ਕਿਤੇ ਜਾ ਕੇ 1 ਸਾਲ ਬਾਅਦ 2 ਸਾਲ ਬਾਅਦ 3 ਸਾਲ ਬਾਅਦ ਉਹ ਭਰ ਜਾਣਗੇ ਲੇਕਿਨ ਜਿਹੜੀ ਮਨ ਦਿਲ ਦੇ ਔਰ ਦਿਮਾਗ ਦੇ ਉੱਪਰ ਜਿਹੜੀ ਸੱਟ ਵੱਜੀ ਆ ਉਹ ਲਾਈਫਟਾਈਮ ਕਦੇ ਨਹੀਂ ਭਰਦੀ ਹੈਗੀ ਮੈਨੂੰ ਹਜੇ ਵੀ ਯਾਦ ਆ ਕਿ ਅ ਕਈ ਵਾਰੀ ਮੈਨੂੰ ਉਹ ਰਾਤਾਂ ਯਾਦ ਆਉਂਦੀਆਂ ਨੇ ਹਨ ਉਹ ਮਤਲਬ ਬਟ ਫਿਰ ਹੁੰਦਾ ਕਿ ਹੁਣ ਰੋਣ ਦਾ ਕੋਈ ਫਾਇਦਾ ਨਹੀਂ ਹੈ ਜੀ ਜੀ ਹੈਨਾ ਕਿਉਂਕਿ ਉਹ ਜ਼ਖਮ ਉਹ ساری ਉਮਰ ਨਹੀਂ ਭਰਨ ਵਾਲਾ ਜੀ ਬਿਲਕੁਲ ਤੇ ਜਿੰਨੇ ਵੀ ਅਗਰ ਸਾਡੇ ਦਰਸ਼ਕ ਕੇ ਪ੍ਰੋਗਰਾਮ ਦੇਖ ਰਿਹਾ ਅਗਰ ਉਹਨਾਂ ਵਿੱਚੋਂ ਵੀ ਕਿਸੇ ਨਾਲ ਬਚਪਨ ਵਿੱਚ ਅਜਿਹੀ ਕੋਈ ਘਟਨਾ ਵਾਪਰੀ ਹੈ ਜਾਂ ਫਿਰ ਅੱਜ ਦੇ ਟਾਈਮ ਵਿੱਚ ਕਿਸੇ ਬੱਚੇ ਨਾਲ ਵੀ ਇਹ ਘਟਨਾ ਵਾਪਰੀ ਹੈ ਔਰ ਉਹਨਾਂ ਨੇ ਹੁਣ ਤੱਕ ਆਵਾਜ਼ ਨਹੀਂ ਚੱਕੀ ਆ ਤਾਂ ਅਸੀਂ ਇਹੀ ਅਵੇਰਨੈਸ ਇਹ ਜਾਗਰੂਕਤਾ ਇਸ ਪ੍ਰੋਗਰਾਮ ਦੇ ذریعے ਫਲਾਉਣਾ ਚਾਹੁੰਦੇ ਆ ਕਿ ਆਪਣੀ ਆਵਾਜ਼ ਚੱਕੋ ਹਰ ਸਹੀ ਆਵਾਜ਼ ਚੱਕੋਗੇ ਤਾਂ ਤੁਹਾਡੇ ਨਾਲ ਤੁਹਾਡੀ ਆਵਾਜ਼ ਨੂੰ ਚੱਕਣ ਵਾਲੇ ਵੀ ਮਿਲਣਗੇ ਤੇ ਤੁਸੀਂ ਉਸ ਬੰਦੇ ਦੇ ਵਿਰੁੱਧ ਖੜ੍ਹ ਸਕਦੇ ਹੋ ਤੇ ਮੈਂ ਇੱਥੇ ਜਾਣਨਾ ਚਾਹੂੰਗੀ ਲਾਈਕ ਅਗਰ ਕਈ ਪੇਰੈਂਟਸ ਇਹ ਸ਼ੋਅ ਦੇਖ ਰਹੇ ਨੇ ਤੁਸੀਂ ਇਹ ਗੱਲ ਕੀਤੀ ਹੈ ਕਿ ਵੀ ਹਰੇਕ ਪੇਰੈਂਟਸ ਨੂੰ ਆਪਣੇ ਬੱਚਿਆਂ ਨੂੰ ਇੱਕ ਘੰਟਾ ਤਕਰੀਬਨ ਦਿਨ ਚ ਜ਼ਰੂਰ ਦੇਣਾ ਚਾਹੀਦਾ ਹੈ ਥੈਂਕ ਯੂ ਜੀ ਪੂਰੇ ਦਿਨ ਦੀ ਤੁਸੀਂ ਗੱਲਬਾਤ ਉਸ ਤੋਂ ਗੱਲਾਂ-ਗੱਲਾਂ ਵਿੱਚ ਜਾਣ ਸਕੋ ਤੇ ਮੈਂ ਇਹ ਜਾਣਨਾ ਚਾਹੂੰਗੀ ਤੁਹਾਡੇ ਤੋਂ ਕਿ ਜਿਵੇਂ ਤੁਸੀਂ ਕਾਉਂਸਲਿੰਗ ਕਰਦੇ ਹੋ ਸਕੂਲਸ ਵਿੱਚ ਜਾ ਕੇ ਜਾਂ ਹੋਰ ਥਾਵਾਂ ਤੇ ਵੀ ਕਰਦੇ ਹੋ ਕਿਹੜੀਆਂ ਗੱਲਾਂ ਪੇਰੈਂਟਸ ਨੂੰ ਡੇਲੀ ਆਪਣੇ ਬੱਚਿਆਂ ਨਾਲ ਕਰਦੇ ਰਹਿਣਾ ਚਾਹੀਦਾ ਹੈ ਤਾਂ ਕਿ ਬੱਚੇ ਵੀ ਓਪਨ ਹੋ ਸਕਣ ਔਰ ਦੂਸਰੀ ਗੱਲ ਕਿ ਜਿਵੇਂ ਗੁੱਡ ਟੱਚ ਔਰ ਬੈਡ ਟੱਚ ਵਾਲੀ ਆਪਾਂ ਗੱਲ ਕਰਦੇ ਆਂ ਇੱਕ ਤਰੀਕੇ ਨਾਲ ਕਿਸ ਤਰੀਕੇ ਨਾਲ ਪੇਰੈਂਟਸ ਉਹਨਾਂ ਨੂੰ ਰੈਗੂਲਰ ਸਮਝਾਉਂਦੇ ਰਹਿਣ ਤਾਂ ਕਿ ਇੱਕ ਤਾਂ ਉਹਨਾਂ ਦੋਵਾਂ ਪੇਰੈਂਟਸ ਔਰ ਬੱਚਿਆਂ ਵਿੱਚ ਅੱਛਾ ਰਿਲੇਸ਼ਨ ਕ੍ਰੀਏਟ ਹੋ ਜਾਵੇ ਔਰ ਬੱਚੇ ਇਸ ਚੀਜ਼ ਨੂੰ ਲੈ ਕੇ ਅਵੇਅਰ ਹੋ ਜਾਣ ਇਥੇ ਮੈਂ ਇਹ ਗੱਲ ਕਹਿਣਾ ਚਾਹਨੀ ਹਾਂ ਜਿਸ ਸਮਾਂ ਪਹਿਲਾਂ ਹੁੰਦੇ ਸੀ ਕਿ ਬੱਚੇ ਗਿਣਤੀ ਦੇ ਬڑے ਹੁੰਦੇ ਸੀ 8 10 10 ਬੱਚੇ ਹੁੰਦੇ ਸੀ ਇੱਕ ਘਰ ਦੇ ਵਿੱਚ ਇੱਕ پورا ਪਰਿਵਾਰ ਹੁੰਦਾ ਸੀ ਲੇਕਿਨ ਅੱਜ ਦੇ ਟਾਈਮ ਦੇ ਵਿੱਚ ਇੱਕ ਜਾਂ ਦੋ ਬੱਚੇ ਨੇ ਸਾਡੇ ਪਰਿਵਾਰ ਦੇ ਵਿੱਚ ਹਨਾ ਉਹਨਾਂ ਨੂੰ ਉਹਨਾਂ ਲਈ ਵੀ ਅਗਰ ਸਮਾਂ ਨਹੀਂ ਹੈਗਾ ਤਾਂ ਮੈਨੂੰ ਨਹੀਂ ਲੱਗਦਾ ਹੈਗਾ ਹਨਾ ਤਾਂ ਇਹਦੇ ਵਿੱਚ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਜਦੋਂ ਵੀ ਤੁਸੀਂ ਚਾਹੇ ਡਿਨਰ ਟਾਈਮ ਇਕੱਠੇ ਹੋਵੋ ਸਾਰੇ ਦਿਨ ਦੇ ਵਿੱਚ ਬਿਜ਼ੀ ਹੋ ਡਿਨਰ ਟਾਈਮ ਤੁਸੀਂ ਇਕੱਠੇ ਹੋਵੋ ਸਾਰੇ ਦਿਨ ਚ ਉਹਨਾਂ ਨੂੰ ਪੁੱਛੋ ਕਿ ਬੱਚੇ ਤੁਹਾਡੇ ਦਿਨ ਕਿਵੇਂ ਦਾਰੀਆ ਤੁਸੀਂ ਕੀ ਪੜਿਆ ਤੁਸੀਂ ਕੀ ਕੀਤਾ ਸਕੂਲ ਤੋਂ ਆਉਣ ਤੋਂ ਬਾਅਦ ਤੁਸੀਂ ਕੀ ਕੀਤਾ ਹਨਾ ਸਕੂਲ ਦੇ ਵਿੱਚ ਕਿਵੇਂ ਚੱਲਦਾ ਸਾਰਾ ਫੇਵਰਟ ਟੀਚਰ ਕੌਣ ਆ ਹਨਾ ਅ ਡਰਾਈਵਰ ਅੰਕਲ ਦਾ ਕੀ ਨਾਮ ਹੈ ਵੈਨ ਨੰਬਰ ਕੀ ਹੈ ਹਨਾ ਔਰ ਤੁਹਾਡੀ ਸਕੂਲ ਦੇ ਵਿੱਚ ਸਭ ਤੋਂ ਜ਼ਿਆਦਾ ਤੁਸੀਂ ਕਿੰਨੂੰ ਲਾਈਕ ਕਰ ਰਹੇ ਹੋ ਕਿਹੜੀ ਟੀਚਰ ਆ ਹਨਾ ਤੁਹਾਡਾ ਬੈਸਟ ਫਰੈਂਡ ਕੌਣ ਆ ਹਨਾ ਪਹਿਲੀ ਗੱਲ ਸਾਨੂੰ ਸਾਡੇ ਬੱਚਿਆਂ ਦੀ ਸੰਗਤ ਦਾ ਅਸਰ ਜਿਹੜਾ ਹੁੰਦਾ ਨਾ ਉਹ ਸਭ ਤੋਂ ਜ਼ਿਆਦਾ ਹੁੰਦਾ ਹਨਾ ਬਿਲਕੁਲ ਸੰਗਤ ਕਿਹੜੀ ਚ ਬੈਠ ਰਿਹਾ ਤੁਹਾਡਾ ਬੱਚਾ ਚਾਹੇ ਉਹ ਤੁਹਾਡੀ ਕੁੜੀ ਹੈ ਚਾਹੇ ਮੁੰਡਾ ਹੈ ਉਹ ਕਿਹੜੀ ਉਹਦੇ ਜਿਹੜਾ ਫਰੈਂਡ ਸਰਕਲ ਆ ਉਹ ਕਿਵੇਂ ਦਾ ਹੂੰ ਹੂੰ ਬਿਲਕੁਲ ਠੀਕ ਹੈ ਬੋਲੇ ਇਹ ਚੀਜ਼ਾਂ ਜਿਸ ਤਰ੍ਹਾਂ ਅਗਰ ਗੱਲ ਕਰਾਂ ਨਾ ਇੱਕ ਬੱਚਿਆਂ ਦਾ ਉਹ ਔਰ ਪੇਰੈਂਟਸ ਦਾ ਜਿਹੜਾ ਰਿਲੇਸ਼ਨ ਆ ਅਸ ਏ ਟਾਈਮ ਦੇ ਵਿੱਚ ਤੁਹਾਨੂੰ ਵੈਸੇ ਤਾਂ ਹੋ ਚੁੱਕੀ ਆ ਆਪਾਂ ਬਿਲਕੁਲ ਫ੍ਰੈਂਡਲੀ ਗੱਲ ਕਰਦੇ ਆ ਲੇਕਿਨ ਇਨਾਂ ਚੀਜ਼ਾਂ ਦੇ ਉੱਪਰ ਵੀ ਠੀਕ ਹੈ ਇਹ ਗੱਲ ਨਹੀਂ ਹੈ ਕਿ ਠੀਕ ਹੈ ਤੂੰ ਪੀਜ਼ਾ ਖਾਣਾ ਤਾਂ ਮੈਂ ਆਰਡਰ ਕਰ ਦਵਾਂ ਇਹ ਚੀਜ਼ਾਂ ਨਹੀਂ ਆ ਇਹਨਾਂ ਚੀਜ਼ਾਂ ਦੇ ਉੱਪਰ ਵੀ ਟੋਪਿਕ ਕਰਨਾ ਗੱਲ ਕਰਨੀ ਬਹੁਤ ਜ਼ਰੂਰੀ ਹੈ ਕਿ ਬੇਟਾ ਅਗਰ ਤੁਹਾਨੂੰ ਰਸਤੇ 'ਚ ਜਾਂਦੇ ਹੋਏ ਅਗਰ ਤੁਹਾਨੂੰ ਕੋਈ ਤੰਗ ਕਰਦਾ ਪਰੇਸ਼ਾਨ ਕਰਦਾ ਹੈ ਜਾਂ ਤੁਹਾਡੇ ਵੱਲ ਕੋਈ ਗਲਤ ਜਸਟ ਆਈ ਕੰਟੈਕਟ ਕਰਦੀ ਹੈ ਜਾਂ ਜਸਟ ਵੀ ਹੈ ਹੈਨਾ ਆਪਣਾ ਟੀਜ਼ ਕਰਦਾ ਤਾਂ ਤੁਸੀਂ ਉੱਥੇ ਕੀ ਕਰਨਾ ਮਤਲਬ ਕੁੜੀਆਂ ਨੂੰ ਸਿਰਫ ਸ਼ਰੀਰਿਕ ਤੌਰ ਤੇ ਨਹੀਂ ਮੈਂਟਲੀ ਵੀ ਉਸ ਨੂੰ ਨੋ ਨਾ ਸਟਰੋਂਗ ਬਣਾਓ ਬਿਲਕੁਲ ਬਹੁਤ ਅਹਿਮ ਜਾਣਕਾਰੀ ਜੋ ਸਾਡੇ ਸਮਾਜ ਦੇ ਲਈ ਅੱਜ ਦੇ ਟਾਈਮ ਵਿੱਚ ਬਹੁਤ ਜ਼ਰੂਰੀ ਹੈ ਉਹ ਸਾਰੀ ਜਾਣਕਾਰੀ ਅਸੀਂ ਇਸ ਪ੍ਰੋਗਰਾਮ ਵਿੱਚ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਹੈ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਸਭ ਚਰਚਾ ਦੇ ਲਈ ਜੀ ਤੇ ਅਸੀਂ ਆਪਣੇ ਬੱਚਿਆਂ ਦੇ ਸੁਪਨੇ ਖੁਦ ਸਜਾਉਣੇ ਆ ਅਸੀਂ ਜਾਣਦੇ ਹਾਂ ਕਿ ਸਾਡੇ ਬੱਚੇ ਟੌਫੀ ਚਾਕਲੇਟ ਉਹ ਅਸੀਂ ਸੁਪਨੇ ਲੈ ਕੇ ਹੀ ਸਵੇਰੇ ਉਠਣ ਖੁਸ਼ ਸਮਾਈਲ ਲੈ ਕੇ ਤੇ ਕਦੇ ਵੀ ਕੋਈ ਮਾੜੇ ਸੁਪਨੇ ਲੈ ਕੇ ਬੱਚੇ ਨਾ ਉਠਣ ਤੇ ਆਪਣੇ ਬੱਚਿਆਂ ਦੇ ਸੁਪਨਿਆਂ ਨੂੰ ਅਸੀਂ ਖੁਦ ਸਜਾਉਣਾ ਤਾਂ ਕਿ ਉਹਨਾਂ ਦੀ ਮਾਨਸਿਕਤਾ ਪੋਜ਼ਿਟਿਵ ਰਹੇ ਤਾਂ ਕਿ ਪੋਜ਼ਿਟਿਵ ਹੋ ਕੇ ਅੱਗੇ ਵੀ ਵਧੀਆ ਕੰਮ ਕਰ ਸਕਣ ਤੇ ਉਸ ਦੇ ਲਈ ਅੱਜ ਦੀ ਡੇਟ ਵਿੱਚ ਤੁਸੀਂ ਆਪਣੇ ਬੱਚਿਆਂ ਨੂੰ ਸਹੀ ਤਰੀਕੇ ਨਾਲ ਸਮਝਾਉਣਾ ਸ਼ੁਰੂ ਕਰ ਦਿਓ ਉਹਨਾਂ ਦੀ ਗੱਲਾਂ ਵੱਲ ਗੌਰ ਕਰਨਾ ਸ਼ੁਰੂ ਕਰੋ ਉਹਨਾਂ ਨੂੰ ਟਾਈਮ ਦਿਓ ਸਭ ਤੋਂ ਵੱਡੀ ਗੱਲ ਟਾਈਮ ਬਹੁਤ ਵੱਡੀ ਚੀਜ਼ ਆਜ ਦੇ ਟਾਈਮ ਵਿੱਚ ਕਿਸੇ ਕੋਲ ਵੀ ਅੱਜ ਟਾਈਮ ਨਹੀਂ ਹੈ ਲੇਕਿਨ ਆਪਣੇ ਬੱਚਾ ਨੂੰ ਜ਼ਰੂਰ ਤੁਸੀਂ ਟਾਈਮ ਦਿਓ ਉਹਨਾਂ ਦੀ ਗੱਲ ਸੁਣੋ ਉਹ ਕਿੱਧਰ ਨੂੰ ਜਾ ਰਹੇ ਨੇ ਕੀ ਦੇਖ ਰਹੇ ਨੇ ਕਿ ਕਿਹੜੇ ਫਰੈਂਡਸ ਨੇ ਉਹਨਾਂ ਦੇ ਤਾਂ ਕਿ ਉਹ ਸਹੀ ਸੰਗਤ ਵਿੱਚ ਰਹਿਣ ਅਤੇ ਜ਼ਿੰਦਗੀ ਵਿੱਚ ਸਹੀ ਤਰੀਕੇ ਨਾਲ ਲੱਗੇ ਵੱਸ ਸਕਣ ਸੋ ਤੁਹਾਡਾ ਸਾਰਿਆਂ ਦਾ ਸਾਡੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਨਿਰਪੱਖ ਪੋਸਟ ਨਾਲ ਜੁੜੇ ਤੇ ਇਸੇ ਤਰੀਕੇ ਨਾਲ ਅਸੀਂ ਹੋਰ ਸਮਾਜ ਨਾਲ ਜੁੜੀਆਂ ਅਹਿਮ ਮੁੱਦਿਆਂ ਦੇ ਉੱਪਰ ਚਰਚਾ ਲੈ ਕੇ ਆਂਦੇ ਰਵਾਂਗੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇਸ ਦਿਨ ਆਲੀ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਇਜਾਜ਼ਤ ਧੰਨਵਾਦ